ਕਾ ਜੀ ਦੋ ਕਾਮ ਆ ਇਹਦੇ ਤਾਂ ਬਹੁਤਾ ਬੋਲਦਾ ਵਾ ਦੋ ਕਾਮ ਬਿਠਾ ਇਕੱਠੀਆਂ ਕਰਦਾ ਵਾ ਦੋ ਕਾਮ ਜਹਾਜ਼ ਚੱਕਾ ਬੱਲਾ ਚਲਾ ਰਿਹਾ ਚਲਾ ਰਿਹਾ ਜਹਾਜ਼ ਚਲਾ ਕੇ ਇਕਦਮ ਅੱਗੇ ਦੇਖ ਕੇ ਨਾ ਉੱਠ ਕੇ ਪਿੱਛੇ ਜਾ ਕੇ ਨਾ ਉਹ ਅੱਗੇ ਪਹਾੜ ਆ ਗਿਆ ਪਹਾੜ ਸਬਜ਼ੀ ਵਾਲੇ ਆਲੂ ਦਾ ਵੀ ਨੀ ਪਤਾ ਇੱਕ ਬੰਦੇ ਨੇ ਕਸੂਰ ਵਾਲੇ ਕੇ ਆਲੂ ਪਾਏ ਉਹਨੇ ਰੋਟੀ ਲਾਈ ਜਾਂਦੇ ਉਹਨੇ ਸ਼ੋਰੇ ਵਾਲੇ ਕਹਿੰਦਾ ਸੁੱਕਾ ਖਾ ਕੇ ਮਰਨ ਡੇ ਅਸਲਾਮ ਵਾਲੇਕੁਮ ਜੀ ਨਾਜ਼ਰੀਨ ਟੀ ਟਾਈਮ ਮੈਂ ਖੁਸ਼ ਆਮਦੀਦ ਕੈਸੇ ਆਪ ਸਭ ਮਾਸ਼ਾਅੱਲਾ ਅੱਛਾ ਜੀ ਨਾਜ਼ਰੀਨ ਗੱਲ ਇਹ ਆ ਅਸੀਂ ਹੁਣ ਇੱਥੇ ਹੀ ਕਰਨੇ ਨੇ ਦੋ ਤਿੰਨ ਸ਼ੋਅ ਤੁਸੀਂ ਦੇਖਣੇ ਨੇ ਉਹਦੀ ਵਜ੍ਹਾ ਆ ਕਿ ਮੈਂ ਉਹ ਸੈੱਟ ਪੁੱਟ ਦਿੱਤਾ ਵਾ ਸੂਈ ਫਸ ਗਈ ਸੀ ਸਾਰੇ ਹੀ ਪੱਟ ਯਾਰ ਮੈਂ ਅੱਖਾਂ ਸਟਕਲੀ ਸੀ ਹੋ ਗਿਆ ਸੀ ਮਜ਼ਾਕ ਪਤਾ ਕੀ ਮੈਂ ਤੁਹਾਨੂੰ ਦੱਸਾਂ ਉਹ ਨਾ ਮੈਨੂੰ ਰਚ ਨਹੀਂ ਸੀ ਰਿਹਾ ਕੋਈ ਸਾਫ ਮੈਨੂੰ ਕਿਤੇ ਪ੍ਰੋਬਲਮ ਆ ਰਹੀ ਸੀ ਇੱਧਰ ਆ ਜਾ ਬੇਟੇ ਉੱਤੋਂ ਦੀ ਆ ਜਾ ਕਰਵਟ ਕਰਵਟ ਰੇਂਜ ਹੀ ਰਹਿ ਆ ਜਾ ਸੈੱਟ ਇੱਕ ਉਸਤਾਦ ਜੀ ਥੋੜ੍ਹਾ ਸੈੱਟ 'ਤੇ ਸਿਰ ਹੋਏ ਸੀ ਅੱਜ ਉੱਥੇ ਬਿੱਲੀ ਨੇ ਕਿਤੇ ਨਾ ਕੰਮ ਦਿਖਾਤਾ ਇਸ ਕਿਸਮ ਦਾ ਐਡਾ ਮੋਟਾ ਚੂਹਾ ਮਰਿਆ ਪਿਆ ਸੀ ਭਰਾ ਯਾਰ ਉਹਨੇ ਆਪਣੇ ਵੱਲੋਂ ਲਿਆ ਕੇ ਸੇਫ ਕੀਤਾ ਸੀ ਕਿ ਮੈਂ ਸ਼ਾਮ ਨੂੰ ਖਾਵਾਂਗੀ ਲੇਕਿਨ ਤੁਸੀਂ ਉਹਨੂੰ ਵਿਚਾਰੇ ਨੂੰ ਉਹਦਾ ਡਿਨਰ ਬਾਹਰ ਸੁੱਟਤਾ ਅੱਛਾ ਜ਼ਰੂਰੀ ਨਹੀਂ ਹੁੰਦਾ ਕਿ ਵੀ ਤੁਸੀਂ ਲਾਈਫ 'ਚ ਜੋ ਕਰੋ ਤੁਸੀਂ ਉਹਦੇ 'ਚ ਕਾਮਯਾਬ ਹੀ ਹੋ ਜੀ ਕਿਸ ਟਾਈਮ ਵਾਧਾ ਘਾਟਾ ਹੋਇਆ ਤੁਹਾਨੂੰ ਸਿੱਖਣ ਨੂੰ ਮਿਲਦਾ ਬਿਲਕੁਲ ਮਜ਼ੇਦਾਰੀ ਇਹ ਕਿ ਅਗਰ ਖਰਾਬ ਹੋ ਗਿਆ ਤੁਹਾਨੂੰ ਠੀਕ ਕਿੱਦਾਂ ਕਰਨਾ ਇੱਧਰ ਤਵੱਜੋ ਇਹ ਨਹੀਂ ਸੋਚੀ ਜਾਣਾ ਉਹ ਮੈਨੂੰ ਚੈਨ ਨਹੀਂ ਸੀ ਆ ਰਿਹਾ ਮੈਂ ਫਿਰ ਅੱਜ ਆਇਆ ਆ ਕੇ ਮੈਂ ਕਿਹਾ ਯਾਰ ਉਹ ਜਿਹੜਾ ਪਹਿਲੇ ਜਿੱਥੇ ਆਪਾਂ ਕਰਦੇ ਸੀ ਨਾ ਉੱਥੇ ਕੋਈ ਕੁਦਰਤੀ ਕੋਈ ਅਟੈਚਮੈਂਟ ਟਾਈਪ ਚੀਜ਼ ਸੀ ਸਹੀ ਗੱਲ ਮੈਂ ਕਿਹਾ ਬਾਈ ਗੱਲ ਇਹ ਆ ਉਹ ਸਾਰਾ ਵਿਹਲਾ ਕਰੋ ਓ ਹੋ ਹੋ ਵਿਹਲਾ ਕੀਤਾ ਵਿਹਲਾ ਕਰਕੇ ਇੱਧਰੋਂ ਸਾਰਾ ਸੈੱਟ ਪਟਿਆ ਪੱਟ ਕੇ ਤੇ ਮੈਂ ਉੱਧਰ ਲੈ ਕੇ ਗਏ ਸੀ ਸਾਰੇ ਤੇ ਲੈ ਕੇ ਮੈਂ ਗੁਣੀਏ ਦੇ ਨਾਲ ਐ ਪੂਰਾ ਨਾਪਾ ਤੋਲਾ ਕਰਕੇ ਕਿ ਇੱਧਰਲੀ ਕੰਧ ਤੋਂ ਕਿੰਨੀ ਦੂਰ ਆ ਇੱਧਰਲੀ ਕੰਧ ਤੋਂ ਕਿੰਨੀ ਦੂਰ ਆ ਫਲੈਕਸ ਕਿੰਨੀ ਆ ਆ ਲੈਣ ਤੇ ਕਿ ਯਾਨੀ ਨਿਜ਼ਾਮ ਕਰ ਲਿਆ ਤੇ ਹੁਣ ਕੱਲ੍ਹ ਨਾ ਇਨਸ਼ਾਅੱਲਾ ਤਾਲਾ ਅਸੀਂ ਉੱਥੇ ਸੈੱਟ ਕਰਾਂਗੇ ਏ ਸੀ ਦਾ ਥੋੜ੍ਹਾ ਮਾਮਲਾ ਰਹਿ ਗਿਆ ਅਤੇ ਲੇਕਿਨ ਇਹ ਹੈਗਾ ਅੱਜ ਜਦੋਂ ਅਸੀਂ ਲਾ ਰਹੇ ਸਾਰਾ ਸੈੱਟ ਉਦੋਂ ਹੀ ਮੈਨੂੰ ਸਕੂਨ ਹੋ ਰਿਹਾ ਸੀ ਮੈਂ ਕਿਹਾ ਯਾਰ ਵੇਲਾ ਇੱਥੇ ਨਾ ਸਕੂਨ ਮਾਹੌਲ ਫਿੱਟ ਬੈਠਾ ਸੈੱਟ ਹਾਂ ਫਿੱਟ ਨਹੀਂ ਬੈਠਾ ਫਿੱਟ ਭਾਇਆ ਬੇਟੇ ਕਟਿੰਗ ਕਰ ਕਰਕੇ ਇਹ ਇੱਥੇ 16 ਫੁੱਟ ਜਗ੍ਹਾ ਸੀ ਅੰਦਰ 15 ਫੁੱਟ ਜਗ੍ਹਾ ਸੀ ਉਹਨੂੰ ਫਿਰ ਕਟੋਤੇ ਨਿਜ਼ਾਮੇ ਹਸਤੀ ਕਰਕੇ ਤੁਹਾਨੂੰ ਮੈਂ ਦਿਖਾਵਾਂਗਾ ਕੀ ਮੈਂ ਕੀਤਾ ਉਸਤਾਦ ਜੀ ਆਖਰ ਕੰਮ ਆਪਾਂ ਸਾਰੇ ਆਰੀ ਤੋਂ ਲੈ ਕੇ ਤੇ ਜੁਗਤਬਾਜ਼ੀ ਤੱਕ ਸਾਰੇ ਕਰ ਲਈ ਕੱਟਿਆ ਕਿੰਨੇ ਖੋਲਿਆ ਕਿੰਨੇ ਉਹ ਸਾਰੇ ਤੁਹਾਨੂੰ ਤਰੀਕੇਕਾਰ ਕਿੰਨੇ ਦੱਸੇ ਵੀ ਇਹ ਕਿੱਦਾਂ ਪੱਟਣਾ ਕਿੱਦਾਂ ਖੋਲਣਾ ਸਾਰਾ ਸਾਰਾ ਦੱਸੇ ਐਸ ਭਾਜੀ ਨੇ ਦੱਸਿਆ ਜੀ ਐਸ ਭਾਜੀ ਨੇ ਯਾਨੀ ਟੋਟਲ ਸਾਰਾ ਜਿਹੜਾ ਸਿਹਰਾ ਨਾ ਉਹ ਐਸ ਭਾਜੀ ਦੇ ਸਿਰ ਤੇ ਜਾਂਦਾ ਭਾਜੀ ਇਸ ਭਾਜੀ ਨੇ ਤੇ ਆਪਣੇ ਵਾਲਦ ਸਾਹਿਬ ਨੂੰ ਵੀ ਦੱਸਿਆ ਸੀ ਕਿ ਮੈਨੂੰ ਜੰਮੂ ਐਦਾਂ ਜੀ ਨਹੀਂ ਨਹੀਂ ਐਦਾਂ ਤੂੰ ਆ ਰਿਹਾ ਹਰ ਪਾਸੋਂ ਉਸਤਾਦ ਜੀ ਦਾਨਿਸ਼ ਭਾਈ ਇੱਕ ਸੈਕਿੰਡ ਯਾਰ ਨਹੀਂ ਤੂੰ ਕੀਤਾ ਵਾ ਨਹੀਂ ਪੁੱਛ ਲੈ ਉਸਤਾਦ ਜੀ ਨੂੰ ਉਹ ਸਪਾਈ ਦਾ ਕਰ ਅਸੀਂ ਮਰ ਗਏ ਆ ਸਾਡੀਆਂ ਲੱਕ ਛੜੇ ਛਿਲੇ ਕੇ ਸਵੇਰੇ ਚੂਹਾ ਕਿਸੇ ਦਾ ਨਾ ਹੁਆ ਹਾਏ ਹਾਏ ਐਡਾ ਚੂਹਾ ਮੈਂ ਮਿੱਠੇ ਨੂੰ ਕਿਹਾ ਮਿੱਠੇ ਯਾਰ ਏਸੀ ਚਲਾ ਤੇ ਸ਼ੋਅ ਕਰੀਏ ਜਲਦੀ ਜਲਦੀ ਅੱਜ ਫਿਰ 3 ਕਰਨੇ ਆ ਮਿੱਠਾ ਸਾਹਿਬ ਅੰਦਰ ਗਏ ਨੇ ਇਸ ਕਿਸਮ ਦਾ ਤਬੂਸਾ ਨਿਜ਼ਾਮ ਆਇਆ ਮਿੱਠਾ ਸਾਹਿਬ ਨੂੰ ਮਿੱਠਾ ਸਾਹਿਬ ਕਹਿੰਦੇ ਉਸਤਾਦ ਮਿੱਠੇ ਨੇ ਪੂਰਾ ਮੜਾਸਾ ਬੰਨਿਆ ਫੁੱਲ ਟੈਪ ਕੋਠੇ ਲਾਉਣ ਵਾਲੇ ਨਹੀਂ ਹੁੰਦੇ ਤੇ ਉਹ ਜਨਾਬ ਜੀ ਉਹ ਟੈਪ ਬੰਨਿਆ ਤੇ ਕਹਿੰਦਾ ਉਸਤਾਦ ਜੀ ਪਰੇ ਹੋ ਜਾਓ ਇੱਧਰ ਅੰਦਰ ਲਾਸ਼ ਹੋ ਗਈ ਇੱਕ ਮਰਡਰ ਹੋ ਗਿਆ ਮੈਂ ਨਾ ਗੌਰਫ ਨਾ ਵੇਖੇ ਮੈਂ ਕਿਹਾ ਆਪਣੇ ਪਾਸਾ ਲੈ ਕੇ ਪਿਆ ਉਹ ਪਿਆ ਵੀ ਉਹ ਇੰਝ ਸੀ ਪੂਰਾ ਉਹਨੇ ਕਿਹਾ ਮਰ ਗਏ ਮਿੱਠਾ ਸਾਹਿਬ ਫਿਰ ਮੈਂ ਕਿਹਾ ਯਾਰ ਮਿੱਠੇ ਵੀ ਰਚ ਨਹੀਂ ਰਿਹਾ ਕੋਈ ਕੋਈ ਹਿਸਾਬ ਐਸਾ ਹੈ ਜਿਹੜਾ ਨਾ ਇੱਥੇ ਸਾਨੂੰ ਕੋਈ ਚੀਜ਼ ਨਹੀਂ ਆ ਰਹੀ ਮੈਨੂੰ ਲੱਗਦਾ ਉਹ ਜਗ੍ਹਾ ਭਾਰੀ ਆ ਸਾਰੀ ਚੂਹਾ ਨਹੀਂ ਮਰਿਆ ਸੈੱਟ ਤੋਂ ਰੂਹ ਹੀ ਮਰ ਗਿਆ ਹਾਂ
ਔਰ ਥੱਲੇ ਬੱਚੇ ਸੀ ਤਿੰਨ ਬਿੱਲੀਆਂ ਦੇ, ਉਹ ਵੀ ਡਿਸਟਰਬ ਹੁੰਦੇ ਸੀ ਸਾਡੇ ਤੋਂ, ਅਸੀਂ ਉਹਨਾਂ ਨੂੰ ਨੀ ਕੱਢਿਆ, ਅਸੀਂ ਆਪ ਨਿਕਲ ਗਏ। ਸਹੀ ਗੱਲ, ਵੱਡੀ ਗੱਲ ਆ, ਅਸੀਂ ਉਹਨਾਂ ਨੂੰ ਛੇੜਿਆ ਕਿਉਂਕਿ ਬਿੱਲੀਆਂ ਜਿਸ ਘਰ ਚ ਹੋਣ ਭਾਈ ਉੱਥੇ ਉਹ ਫਿਰਦੀਆਂ ਤੁਰਦੀਆਂ ਨੇ, ਉਹਦੇ ਬੱਚੇ ਬਾਹਰ ਖੇਡਦੇ ਨੇ। ਮੈਂ ਤੁਹਾਨੂੰ ਵੀਡੀਓ ਦਿਖਾਉਣਾ, ਜ਼ਰਾ ਦੇਖਣਾ ਵੀਡੀਓ ਚੱਲ ਰਹੀ ਨਾ, ਵੀਡੀਓ ਦੇਖੋ, ਆਹ ਉਹਨਾਂ ਦੀਆਂ ਟਪੂਸੀਆਂ ਚੈੱਕ ਕਰੋ, ਐਟਮਾਂ ਕੀ ਕਰ ਰਹੇ ਨੇ ਉਹ, ਕਦੀ ਅੰਦਰ ਜਾ ਰਹੇ ਨੇ ਕਦੀ ਬਾਹਰ ਆ ਰਹੇ ਨੇ, ਠੀਕ ਹੈ ਨਾ। ਅਤੇ ਨਾਜ਼ਰੀਨ ਗੱਲ ਇਹ ਆ ਕਿ ਵੀ ਅਸੀਂ ਫਿਰ ਕਿਹਾ ਨਾਲੇ ਇੱਥੇ ਵੀ ਥੋੜ੍ਹਾ ਜਿਹਾ ਸਾਨੂੰ ਰਚਾਓ ਹੋ ਗਿਆ ਸੀ, ਲੇਕਿਨ ਅੰਦਰ ਬਹੁਤ ਅੱਛਾ ਸਿਸਟਮ ਹੋ ਜਾਏਗਾ ਅੰਦਰ। ਮੈਂ ਇੰਜ ਦਾ ਨਿਜ਼ਾਮੇ ਹਸਤੀ ਕਰ ਦਿਆਂਗਾ ਇਨਸ਼ਾਅੱਲਾ ਤਾਲਾ ਤੁਹਾਡੀਆਂ ਦੁਆਵਾਂ ਦੇ ਨਾਲ। ਚੜ ਕੇ ਜਿੱਦਾਂ ਮੈਂ ਕਿੱਲ ਠੋਕ ਕੇ ਰੱਸੀ ਬੰਨ ਕੇ ਗੁਣੀਆਂ, ਇਹਨੇ ਨੀ ਹੋਣਾ, ਉਹ ਮਜਬੂਰਨ ਚੜਨਾ ਪੈਂਦਾ। ਸਹੀ ਗੱਲ ਨਹੀਂ ਉਸਤਾਦ ਜੀ, ਜਦੋਂ ਅਸੀਂ ਕੰਮ ਕਰ ਰਹੇ ਸੀਗੇ ਉਦੋਂ ਇਹਦੇ ਸਿਰੇ ਕੱਦ ਬਲੀ ਜਾਣ ਦੇ ਤੁਸੀਂ, ਅਸੀਂ ਪਾਗਲ ਲੱਗੇ ਸੀ ਤੁਹਾਡੇ ਨਾਲ ਸਾਰੀ ਦਿਹਾੜੀ, ਅਸੀਂ ਮਿਹਨਤ ਕੀਤੀ ਤੁਹਾਡੇ ਨਾਲ, ਕਿੱਲ ਟੁਕਵਾਏ ਸਾਰਿਆਂ ਨੇ, ਕੀਤੀ ਭਾਜੀ ਸਾਰਿਆਂ ਨੇ ਉਹ ਕੰਮ, ਸਾਰਿਆਂ ਨੇ ਕੀਤਾ, ਸਾਰਿਆਂ ਨੇ ਸਾਰਾ ਕੁਛ ਕੀਤਾ, ਬੜਾ ਬੜਾ ਭਾਰ। ਮਤਲਬ ਅੱਜ ਦੇਖ ਲਓ ਤੁਸੀਂ ਕਿਹਾ ਪਹਿਲਾ ਸ਼ੋਅ ਆ, ਪਹਿਲਾ ਸ਼ੋਅ ਆ ਅੱਜ ਦਾ, ਅੱਠ ਵੱਜ ਗਏ ਨੇ, ਨੌ ਸਾਢੇ ਅੱਠ ਵੱਜ ਗਏ ਨੇ, ਸਵੇਰ ਦੇ ਅਸੀਂ ਇਸੇ ਕੰਮੇ ਲੱਗੇ ਹਾਂ, ਦਰਦ ਹੋਈ ਜਾਂਦੀ। ਹਾਂਜੀ, ਫਿਰ ਤੂੰ ਸਾਢੇ ਛੇ ਵਜੇ ਆਇਆ, ਸੱਤ ਵਜੇ ਤੇ ਤੂੰ ਆਇਆ, ਫਿਰ ਉਸ ਤੋਂ ਬਾਅਦ ਜਨਾਬ ਜੀ ਅਸੀਂ ਸ਼ਿਕੰਜਵੀ ਬਣਾਈ, ਸ਼ਿਕੰਜਬੀਨ ਬੜੀ ਮਜ਼ੇਦਾਰ। ਹਾਂ ਨਹੀਂ, ਉਹਨੇ ਸਹੀ ਕਿਹਾ ਸੀ, ਤੂੰ ਮੈਂ ਸ਼ਿਕੰਜਵੀ, ਤੂੰ ਉਦੋਂ ਕਿਹਾ ਸੀ ਸ਼ਿਕੰਜਬੀਨ, ਬਿਲਕੁਲ ਸਹੀ ਗੱਲ, ਸ਼ਿਕਵੰਜੀ ਆ, ਮੈਂ ਸ਼ਿਕਵੰਜੀ ਕਿੱਥੇ ਡਾਵਾਂ, ਸ਼ਿਕਵੰਜੀ ਲੀਲਾ ਬੰਸਾਲੀ। ਆਹੋ ਨਹੀਂ, ਉਹ ਅਸੀਂ ਸ਼ਿਕੰਜਬੀਨ ਬਣਾਈ, ਨਿੰਬੂ ਹੋ ਗਏ ਨੇ 200 ਰੁਪਏ ਪਾਈ ਆ, ਯਾਰ ਲੀਮੂ 200 ਰੁਪਏ ਪਾਈ ਆ, ਹਿਸਾਬ ਲਾ 1000 ਰੁਪਏ ਕਿਲੋ, 800 ਰੁਪਏ ਕਿਲੋ ਨਿੰਬੂ, ਔਰ ਜਿਨ੍ਹਾਂ 'ਚ ਪਾਣੀ ਆਪ ਪਾਉਣਾ ਪੈਂਦਾ ਵਾ, ਸੁੱਕੇ ਨਿੰਬੂ, ਅਸੀਂ ਉਹ ਮੰਗਾਏ 1/2 ਕਿਲੋ ਕਿ ਸ਼ਿਕੰਜਬੀਨ ਬਣਾਈਏ। ਉਸਤਾਦ ਜੀ, 1/2 ਕਿਲੋ ਨਿੰਬੂਆਂ ਦੇ ਵਿੱਚੋਂ ਜਿਹੜੇ ਸਹੀ ਨਿੰਬੂ ਨੀ ਤੇ ਰਸ ਭਰੇ, ਉਹ ਚੌਂਕ ਨਿੰਬੂਆਂ ਜਿਨ੍ਹਾਂ ਨਿਜ਼ਾਮ ਨਿਕਲਿਆ, ਓਏ ਹੋਏ ਹੋਏ, ਐਸਾ ਮਤਲਬ ਕਿ ਵੀ ਕਾਗਜ਼ੀ ਨਿੰਬੂ, ਕਾਗਜ਼ੀ ਨਹੀਂ, ਕਾਗਜ਼ੀ ਤੇ ਨਿੰਬੂ ਬਰੈਲਰ ਨਿੰਬੂ, ਜਿਹਦੇ ਕੋਲ ਨਿੰਬੂ ਲਿਆਂਦੇ ਉਹ ਕਹਿੰਦਾ 300 ਵਾਲੇ 250 ਦੇ ਪਾਈਆ ਮਿਲਣੇ ਆ, ਇਹ ਪਾਣੀ ਵਾਸਤੇ ਆ, ਤੇ 1-200 ਵਾਲੇ ਦੀ ਉਹ ਨਰਮ ਸੀ, ਉਹ ਸਹੀ ਰਹੇ। ਕਿੰਨੇ ਵਾਲੇ ਸੀਗੇ? ਇਹ 250 ਵਾਲੇ, ਉਹ 250 ਵਾਲੇ ਪਾਣੀ ਵਾਲੇ, ਹਾਂ ਕਹਿੰਦਾ ਇਹ ਪਾਣੀ ਚ, ਕਹਿੰਦਾ ਇਹਦਾ ਪਾਣੀ ਬਣ, ਓਏ ਤੇ ਜੇ ਤੂੰ 200 ਵਾਲੇ ਲੈ ਆਉਂਦਾ ਤੇ ਉਹਦੇ ਕੋਲ ਨਿੰਬੂ ਲੈ, ਨਿੰਬੂ ਹੀ ਕਹਿੰਦੇ ਆ, ਆਹੋ ਨਿੰਬੂ ਤਾਜੀ, ਪਰ 40 ਰੁਪਏ ਦੀ ਬਰਫ਼ ਲਈ, ਉਹ ਮੈਨੂੰ ਕਹਿੰਦਾ ਇਹ ਤੇ ਪਹੁੰਚਣੀ ਨੀ, ਰਾਜ ਹੀ ਖੁੱਲ ਜਾਣੀ, ਸਾਲਣ ਮਿਰਚ ਮਸਾਲੇ ਵਾਲਾ ਖਾ ਲੋ ਨਾ, ਓਏ ਹੋਏ, ਉਸ ਤੋਂ ਬਾਅਦ ਜਿਹੜਾ ਤੁਸੀਂ ਪਾਣੀ ਪੀਂਦੇ ਉਹ ਅੱਗ ਲੱਗੀ ਹੁੰਦੀ ਅੰਦਰ, ਅੱਗ ਸਿਆਸਤਦਾਨ ਕਹਿੰਦੇ ਆ, ਤੁਸੀਂ ਕੱਚੀ ਲੱਸੀ ਪੀਓ, ਜੋਬ ਕਰਦਾ ਸੀ ਅੱਗ ਬੁਝਾਉਣ ਵਾਲੇ ਨੀ, ਜਿਹੜੇ ਫਾਇਰ ਗ੍ਰਨੇਡ, ਫਾਇਰ ਗ੍ਰਨੇਡ ਤੇ ਜੋਬ, ਫਾਇਰ ਬ੍ਰਿਗੇਡ ਤੇ ਜੋਬ ਕਰਦਾ ਸੀ, ਗੱਡੀ ਦਿੱਤੀ ਉਹਨਾਂ ਨੇ ਇੱਕ ਜਗ੍ਹਾ ਤੇ ਅੱਗ ਬੁਝਾਉਣ ਗਿਆ, ਰਸਤੇ ਦੇ ਵਿੱਚ ਪਹੁੰਚੇ ਨੀ, 1.5 ਘੰਟਾ ਉਹਨਾਂ ਨੇ ਕਿਹਾ, ਉਹ 10 ਮਿੰਟ ਦਾ ਰਸਤਾ, ਕਹਿੰਦਾ ਜੀ ਇਹ ਮੈਨੂੰ ਸੁਭਾਮੀ ਨੇ ਛਾਪੜ ਦਿੱਤਾ ਸੀ ਕੱਪੜਿਆਂ ਵਾਲਾ, ਕਹਿੰਦੇ ਖਾਲਾ ਘਰ ਫੜਾ ਜੀ, ਮੈਂ ਉੱਧਰ ਆਇਆ ਦੇਣ ਤੇ ਛਾਪੜ ਫੜਾ ਕੇ, ਤੂੰ ਚਾਹ ਵੀ ਪੀਂਦੇ ਆ, ਜਿੰਨੀ ਦੇਰ ਨੂੰ ਗਿਆ ਬਿਲਡਿੰਗ ਭਾਜੀ, ਅੱਗ ਬੁਝਾਉਣ ਵਾਲੇ ਮਹਿਕਮੇ ਚ ਕੰਮ ਤੇ ਲੱਗ ਗਿਆ, ਇਹਦਾ ਅੱਬਾ ਸਿਗਰਟ ਲਾਉਣ ਲੱਗਾ, ਤੀਲੀ ਵਾਲੇ ਫੋਰਨ ਫੂਕ ਮਾਰ,
ਅੱਛਾ ਹਰ ਤਰੀਕੇ ਨਾਲ ਭਜਾਈ ਜਾ ਰਿਹਾ, ਫੂਕ ਮਾਰ ਕੇ ਵੀ, ਜਿੱਥੇ ਗੱਡੀ ਨੀ ਹੈਗੀ ਪਾਣੀ ਨੀ ਹੈਗਾ ਉੱਥੇ ਫੂਕਾਂ ਨਾਲ ਭਜਾਈ ਜਾ ਰਿਹਾ, ਜੇਬ ਚ ਪਾਣੀ ਵਾਲੇ ਛਾਪਰ ਰੱਖੇ ਨੇ ਜਿੱਥੇ ਦੇਖਦਾ ਕੋਈ, ਮਤਲਬ ਕਿ ਇੱਥੇ ਗੱਡੀ ਮੈਂ ਹੁਣ ਕਿੱਥੋਂ ਲਿਆਵਾਂ, ਉਹ ਤੋਂ ਛਾਪਰ ਕੱਟ ਕੱਟ ਮਾਰ ਭਕਾਨੇ ਨੀ ਹੁੰਦੇ ਪਾਣੀ ਦੇ ਭਰ ਕੇ, ਉਹ ਪੂਰੀ ਸੋਟੀ ਨਾਲ ਮੁਕਾ ਕੇ ਲਾਉਂਦੇ, ਕਹਿੰਦਾ ਮੈਂ ਫਾਇਰ ਬ੍ਰਿਗੇਡ ਵਾਲਿਆਂ ਦਾ ਭਕਾਨਿਆਂ ਨੂੰ ਭੱਠੀ ਵਾਲੀ ਕੋਲ ਛਿੱਤਰ ਪੈ ਗਏ ਉਹਦੀ ਪੱਟੀ ਚ ਪੈ ਇੱਕ ਜਗ੍ਹਾ ਅੱਗ ਬੁਝਾਉਣ ਗਿਆ ਤੇ ਇੰਜ ਕਰਕੇ ਗੱਡੀ ਲਾਈ ਹੈ, ਤੇ ਕਹਿੰਦੇ ਅੱਗ ਨੀ ਬੁਝਾਉਣਾ, ਕਹਿੰਦਾ ਭਾਜੀ ਸੋਰੀ ਪਾਣੀ ਭਰਨਾ ਭੁੱਲ ਗਿਆ, ਨਹੀਂ ਨਹੀਂ ਅੱਗ ਫੋਰਨ ਕੱਢ ਕੇ ਪੈਪ ਇੰਜ ਕੀਤਾ ਵਾ ਤੇ ਇਕਦਮ ਕਹਿੰਦਾ ਆਲੋ ਪਾਣੀ ਭਰਿਆ ਹੀ ਨੀ ਮੈਂ ਹਾਂਜੀ ਆਪ ਮੈਂ ਅੱਗ ਬੁਝਾਉਣ ਗਿਆ ਇੰਨਾ ਪਾਣੀ ਪਾ ਦਿੱਤਾ ਉੱਥੇ ਉਹ ਡੁੱਬ ਕੇ ਮਰ ਗਏ ਭਾਈ, ਅੱਛਾ ਅੱਗ ਤੋਂ ਬਚ ਗਏ ਅੱਗ ਡੁੱਬ ਕੇ ਮਰ ਗਏ, ਸਕੀ ਫੁੱਫੀ ਤੇ ਪਾਣੀ ਪਾਈ ਜਾ ਰਿਹਾ ਪਾਣੀ, ਮੈਂ ਕੀ ਹੋਇਆ ਕਹਿੰਦਾ ਇਹਨੇ ਸਵੇਰੇ ਮੈਨੂੰ ਕਿਹਾ ਤੇਰੀ ਅੰਮੀ ਦੀ ਗੱਲ ਸੁਣ ਕੇ ਮੈਨੂੰ ਅੱਗ ਲੱਗ ਗਈ, ਇੱਕ ਜਗ੍ਹਾ ਅੱਗ ਬੁਝਾਉਣ ਗਿਆ ਤੇ ਅੱਗ ਬੁਝੀ ਨੀ, ਉਹ ਪੈ ਪਈ ਨੀ ਜਗ੍ਹਾ ਤਾਂ ਲੀਕ ਸੀ, ਲੋਕਾਂ ਦੇ ਕੱਪੜੇ ਖਰਾਬ ਹੋ ਗਏ, ਤੰਦੂਰ ਵਾਲਾ ਇੰਜ ਕਰਕੇ ਨਾ ਲਾਵੇ ਤੇ ਪਾਣੀ ਵਾਲਾ ਹੋ ਜਾਵੇ ਥੱਲੋਂ, ਸੁਰਾਖ ਚੋਂ ਇੰਜ ਕਰਕੇ ਪੈਪ ਲਾਇਆ ਪੱਠੇ ਨਾਲ ਪੌੜੀ ਲਾ ਕੇ ਉੱਤੋਂ ਪੈਪ, ਇੱਕ ਜਗ੍ਹਾ ਅੱਗ ਬੁਝਾਉਣ ਗਿਆ ਉੱਥੇ ਜਾ ਕੇ ਕੈਨਾਂ ਨਾਲ ਪਾਣੀ ਪਾਉਣ ਡਿਆ, ਕਹਿੰਦਾ ਗੱਡੀ ਕਹਿੰਦਾ ਭਾਜੀ ਉਹ ਚਲਾਨ ਹੋ ਗਿਆ, ਚਲਾਨ ਅੱਗ ਬੁਝਾਉਣ ਗਿਆ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਉਹ ਪੈਪ ਤੇ ਮੈਂ ਉੱਥੇ ਭੁੱਲ ਆਇਆ, ਉੱਤੋਂ ਢੱਕਣ ਖੋਲ ਕੇ ਜੱਗ ਭਰ ਭਰ ਪਾ ਦਿਆ, ਇਹਨੂੰ ਫੋਨ ਆਇਆ ਉਹਨਾਂ ਨੇ ਕਿਹਾ ਭਾਜੀ ਅੱਗ ਲੱਗ ਗਈ ਤੇ ਉਹ ਦੂਰ ਸੀ, ਕਹਿੰਦਾ ਭਾਜੀ ਦੂਰ ਆ ਤੁਸੀਂ ਅੱਗ ਇੱਥੇ ਲੈ ਆਓ, ਪੀਰਾਂ ਕੋ ਥੱਪੜ ਖਾ ਦੇ ਉਹਨਾਂ ਨੇ ਦੀਵੇ ਭਜਾਉਣ ਦਿਆ, ਉਹਦੇ ਇਹਨੇ ਆਪਣੇ ਅੱਬੇ ਕੋ ਕੁੱਟ ਖਾ ਲਈ, ਉਹਨੇ ਹਲੇ ਸਿਗਰਟ ਲਾਇਆ ਹੀ ਇਹਦਾ ਸਿਰ ਟੁੱਟੀ ਥੱਲੇ ਕਰਤਾ, ਅੱਗ ਬੁਝਾਉਣ ਤੋਂ ਇੰਨਾ ਡਰਦਾ ਸੀ, ਇੱਕ ਬੰਦੇ ਦੀ ਕਾਲੇ ਕੇ ਅੱਗ ਬੁਝਾਉਣੀ ਤੂੰ ਜਾਣ ਕੇ ਬੁੱਢੀ ਦੀ ਆਵਾਜ਼ ਕੱਢ ਕੇ ਕਹਿ ਰਿਹਾ, ਤਿੰਨ ਦਿਨ ਹੋ ਗਿਆ ਘਰ ਹੀ ਨਹੀਂ ਆਇਆ, ਅਮਰੀਕਾ ਫੋਨ ਕਰਦਾ ਕਹਿੰਦਾ ਤੁਹਾਡੀ ਉਹ ਖਾਲਾ ਨੀ ਖਲੋਤੀ, ਕਹਿੰਦਾ ਹਾਂ, ਕਹਿੰਦਾ ਉਹਦੀ ਕੋਲੀ ਚ ਅੱਗ ਲੱਗ ਗਈ, ਅੱਛਾ ਹੋ ਜਿਹੜੀ ਖਾਲਾ ਅੱਗ ਬੁਝਾ ਕੇ ਤੇ ਰੋਂਦਾ ਬਾਹਰ ਨਿਕਲਦੇ ਆ, ਉਹ ਕਹਿੰਦੇ ਕੀ ਹੋਇਆ ਰੋਂਦੇ, ਕਹਿੰਦਾ ਯਾਰ ਟੱਚ ਨੂੰ ਸੇਕ ਪੈ ਗਈ, ਅੱਗ ਬੁਝਾਉਣ ਗਿਆ ਤੇ ਸਕੂਲ ਨਾ ਉਤਰ ਕੇ ਨਾ ਆਪ ਸਿਗਰਟ ਲਾ ਕੇ ਤੇ ਜਿਹਨਾਂ ਦੇ ਘਰ ਲੱਗੀ ਸੀ ਉਹ ਵੀ ਚਲੋ ਆ ਗਿਆ, ਤੇ ਉਹਨਾਂ ਕੋਲ ਖੁਲ ਕਹਿੰਦਾ ਕੀ ਹੋਇਆ ਕੀ ਲੱਗੀ, ਕਹਿੰਦਾ ਉਹਨੇ ਠਾ ਮਾਰੀ ਉਹਨੇ ਘਰ ਸਾ ਲਿਆ ਬੁਝਾ ਕੇ, ਨਿਆਣੇ ਮਰਨ ਦੇ ਅੰਦਰ ਨਿਆਣੇ ਮਰਨ ਦੇ, ਇੱਕ ਘਰ ਅੱਗ ਬੁਝਾਉਣ ਗਿਆ ਤੇ ਅੱਗ ਨੀ ਬੁਝਾਉਣ ਦਿਆ, ਉਹਦਾ ਮੁੰਡਾ ਕੁੱਟੀ ਜਾਣਾ, ਤੂੰ ਸ਼ਰਾਰਤ ਕੀਤੀ ਸੀ, ਤੇਰੀ ਜ਼ਿੰਦਗੀ ਦਾ ਖਾਬ ਕੀ ਹੈ? ਸਤਾਜੀ ਮੈਂ ਵਰਲਡ ਟੂਰ ਕਰਨਾ ਚਾਹੁੰਦਾ, ਵਰਲਡ, ਹਾਂਜੀ ਵਰਲਡ ਟੂਰ, ਤੂੰ ਯੂਰਪ ਫਿਰ ਲੈਣਾ, ਯੂਰਪ ਬਹੁਤ ਅੱਛਾ, ਨਹੀਂ ਨਹੀਂ ਸਾਰੇ ਮੁਲਕ ਫਿਰਦੇ, ਅੱਛਾ ਅਮਰੀਕਾ ਮਲੇਸ਼ੀਆ ਨਾਈਜੀਰੀਆ ਸਾਰੇ ਮੈਂ ਫਿਰਨਾ ਚਾਹੁੰਦਾ ਸਤਾਜੀ, ਸਾਰੇ ਮੁਲਕਾਂ ਦੇ ਵਿੱਚ ਦੋ ਦੋ ਚਾਰ ਚਾਰ ਦਿਨ ਪੰਜ ਪੰਜ ਦਿਨ ਦਾ ਸਟੇ ਕਰਕੇ ਪੂਰੀ ਦੁਨੀਆਦਾਰੀ ਦੇਖ ਕੇ ਫੇਰ ਘਰ ਆਓ, ਇਹ ਤੇਰਾ ਸ਼ੌਕ ਆ, ਮਾਈ ਡ੍ਰੀਮ, ਅੱਛਾ ਪਾਕਿਸਤਾਨ ਦੇ ਸ਼ਹਿਰ ਕਿੰਨੇ ਫੇਰੇ ਤੋਂ? ਪਾਕਿਸਤਾਨ ਦੇ ਫੈਸਲਾਬਾਦ ਤੋਂ ਬਾਹਰ? ਨਹੀਂ ਨਹੀਂ ਮੈਂ ਬਥੇਰੇ ਪਾਸੇ ਗਿਆ, ਮੈਂ ਬਹਾਵਲਪੁਰ ਗਿਆ, ਮੈਂ ਲਾਹੌਰ ਗਿਆ, ਠੀਕ ਹੈ ਜੀ, ਉਸ ਤੋਂ ਬਾਅਦ ਮੈਂ ਲਈਆ ਪਖੜ ਗਿਆ, ਸਭ ਤੋਂ ਬਹੁਤਾ ਮਾਫ ਕਰਕੇ ਇਹਦੇ ਸ਼ਹਿਰ ਚ ਕਰਨੀ, ਇਸਲਾਮਾਬਾਦ ਗਿਆ, ਨਾਰਾਨਕਗਾਨ ਗਿਆ, ਏਜੰਸੀਆਂ ਵਾਲੇ ਲੈ ਗਏ ਨਾ ਤੂੰ, ਏਜੰਸੀਆਂ ਵਾਲੇ ਲੈ ਗਏ,
ਆਪਣੀ ਮਸ਼ੂਕ ਨੂੰ ਨਾ ਟੈਸਟ ਲਾਈ ਜਾਵੇ, ਉਹ ਗਾਣਾ ਗਾਉਂਦੇ ਸੀ ਬਿਜਲੀ ਬਰੀ ਹੈ ਮੇਰੇ ਤੇ ਉਹਨੂੰ ਚੈੱਕ ਕਰਨ ਦਿਆ ਉਹਨੂੰ ਤੇ ਉਹਨੂੰ ਕਹੀ ਜਾਂਦੇ ਹੈ ਵਰਲਡ ਟੂਰ ਤੇ ਗਿਆ ਵਾ ਤੇ ਰਸਤੇ ਚ ਗੇੜਾ ਹੋ ਗਿਆ ਪੈਸੇ ਡਿੱਗ ਪਏ, ਜਿਸ ਪਹਿਲੇ ਸ਼ਹਿਰ ਆਪਣੇ ਸ਼ਹਿਰ ਚੋਂ ਟੰਗਿਆ ਅਗਲੇ ਸ਼ਹਿਰ ਦੇ ਵਿੱਚ ਜੇਬ ਕੱਟੀ ਗਈ, ਕਹਿੰਦਾ ਲਓ ਜੀ ਗਲਤ ਟੂਰ ਤੇ ਨਿਕਲ ਆਏ ਬਹੁਤ ਗਲਤ ਟੂਰ ਦੁਨੀਆ, ਵੈਸੇ ਪਾਕਿਸਤਾਨ ਤੋਂ ਬਾਹਰ ਤੂੰ ਨਹੀਂ ਗਿਆ ਹੁੰਦਾ, ਨਹੀਂ ਹਜੇ ਤਾਂ ਨਹੀਂ ਪਾਕਿਸਤਾਨ ਦੇ ਅੰਦਰ ਅੰਦਰ ਹੀ, ਹਾਂਜੀ ਮੈਂ ਸੁਣਿਆ ਤੂੰ ਉਹ ਚੂਚੇ ਵੀ ਵੇਚਦਾ ਰਿਹਾ ਮਹੱਲਿਆਂ 'ਚ, ਉਹ ਰੰਗ ਕਰਕੇ ਚੂਚੇ ਨੀਲੇ ਪੀਲੇ ਹਰੇ ਬੜੇ ਕੰਮ ਕੀਤੇ ਨੇ, ਇਹਨੇ ਚੂਚੇ ਵੇਚੇ ਨੇ ਭਾਜੀ ਉਹ ਪਿੱਛੇ ਡੱਬਿਆਂ 'ਚ ਰੱਖ ਕੇ, ਫਿਰ ਇਹਨੇ ਮੱਛਲੀਆਂ ਵੇਚੀਆਂ ਅਮੀਪੁਰ ਬਾਜ਼ਾਰ ਖਲੋ ਛਾਪਰਾ 'ਚ ਮੱਛਲੀਆਂ, ਹਾਂਜੀ ਅਛਲੀ ਮੱਛਲੀ, ਹਾਂ ਅਛਲੀ ਮੱਛਲੀ ਕੱਪੜੇ ਤੂੰ ਰੱਖ ਲਾ, ਏਡਾ ਥੱਕਿਆ ਕੱਛੂ ਕੁੰਮਾ ਲੈ ਇੱਕ ਗਾਹ ਕਹਿੰਦਾ ਕੱਛੂ ਕੁੰਮਾ ਕਹਿੰਦਾ ਕੱਲ ਤਾਂ ਰੱਖ ਲਾ ਭਾਈ। ਬਾਕੀ ਸਾਜੀ ਛੋਟੇ ਮੋਟੇ ਕੰਮ ਮੈਂ ਬਥੇਰੇ ਕਰਕੇ ਦੇ ਲੇ, ਕੱਲ ਤੁਹਾਡੇ ਭਰਾ ਨੂੰ ਸੰਜੇ ਲੀਲਾ ਬੰਸਾਲੀ ਦੀ ਕਾਲ ਆ ਗਈ, ਕਿਸੇ ਦੇ ਸ਼ਿਕੰਜੇ ਯਾਰ ਆਉਣੀ ਸੀ ਨਾ, ਉਹ ਫਿਲਮ ਬਣਾ ਰਿਹਾ ਵਾ ਹੀਰਾ ਮੰਡੀ 2, ਉਹਦੇ ਜੋੜੀ ਮਲਕਾ ਨੀ, ਹਾਂਜੀ ਉਹਦਾ ਪੁੱਤਰ ਵੀ ਉਹਨੂੰ ਚਾਹੀਦਾ ਨਾ, ਉਹ ਨਹੀਂ ਸਾਜੀ ਆ ਕਹਿੰਦਾ ਕਿ ਮੈਂ ਤੇਰੇ ਤੇ ਜਰਾ ਧਿਆਨ ਲੇਟ ਪਿਆ, ਤਾਜਦਾਰ ਦੀ ਜਗ੍ਹਾ ਕਹਿੰਦਾ ਤੈਨੂੰ ਲੈਣਾ ਸੀਗਾ ਫਿਲਮ ਚ, ਹੁਣ ਤਾਜਦਾਰ ਨੀ ਜਿਹੜਾ ਜਮਾਦਾਰ ਦੀ ਜਗ੍ਹਾ ਤੇ ਲੈਣਾ ਸੀ, ਤਾਜਦਾਰ ਕਿਹੜਾ ਆ ਗਿਆ ਉਹ ਤਾਜਦਾਰ, ਗੱਲ ਕਰਾ ਦਵਾਂ ਸਾਜੀ ਨਹੀਂ ਕੋਈ ਗੱਲ ਹੁਣੀ ਫੋਨ ਕਰਾਂ ਇੱਧਰ ਸੰਜੇ ਲੀਲਾ, ਤਾਜਦਾਰ ਨੀ ਤੂੰ ਵਾਜਦਾਰ ਆ, ਚਲੋ ਆ ਜਾ ਬਈ ਚਲੋ ਯਾਰ, ਮੈਂ ਫਿਲਮ ਵੇਖੀ ਹੈ ਸਾਜੀ, ਉਹ ਸਾਰੇ ਪਾਰਟ ਵੇਖੇ ਮੈਂ, ਬਹੁਤ ਆਲਾ ਯਾਰ, ਉਹਦੇ ਡਾਇਲੌਗ ਬਹੁਤ ਅੱਛੇ, ਸਾਰੀ ਸੁਭਾਨ ਅੱਲਾ ਬਹੁਤ ਕਮਾਲ, ਬੜੀ ਬਰੀਕ ਗੱਲਾਂ ਨੇ ਉਹਦੇ 'ਚ, ਬੜੀਆਂ ਬੜੀਆਂ ਸੁਲਝੀਆਂ ਔਰ ਬਰੀਕ ਔਰ ਵਾਜਦਾਰ ਹੀਰਾ ਮੰਡੀ 2 ਬਣਾ ਰਿਹਾ ਮੈਂ, ਨਹੀਂ ਉਹ ਇੱਕ ਹੋਰ ਬਣਾ ਰਹੇ ਇਤਿਹਾਸ ਦੀ ਤਾਰੀਖੀ ਫਿਲਮ, ਉਹ ਨਹੀਂ ਸਾਜੀ ਉਹਨਾਂ ਨੇ ਸਿਰਫ ਇਹਦੇ ਕੋਲੋਂ ਇਨਫੋਰਮੇਸ਼ਨ ਲੈਣੀ ਹੈ ਕਿ ਉੱਥੇ ਕੀ ਕੀ ਹੁੰਦਾ ਸੀ, ਬਸ ਉਹਨਾਂ ਨੇ ਇਸ ਲਈ ਫੋਨ ਕੀਤਾ ਜੀ ਬਣਾਉਣੀ ਇਹਦੀ, ਆਪਣੇ ਯਾਰਾਂ ਸੱਜਣਾਂ ਨਾਲ ਗਿਆ ਲਾਹੌਰ ਵਾਲੀ ਹੀਰਾ ਮੰਡੀ ਤੇ, ਉਹਨਾਂ ਨੂੰ ਕਹਿੰਦਾ ਕਹਿੰਦਾ ਯਾਰ ਇੱਥੇ ਹੀ ਬਚਪਨ ਗੁਜ਼ਰਿਆ, ਇੱਥੇ ਕ੍ਰਿਕਟ ਖੇਡਦੇ ਰਹੇ ਅਸੀਂ, ਗੇਮਾਂ ਹੁੰਦੀਆਂ ਸੀ ਉੱਥੇ। ਅੱਛਾ ਉੱਥੇ ਹੈ ਨੇ ਲੋਕ ਤੇ ਰੈਸ਼ਾਂ ਵੀ, ਅੱਜ ਵੀ ਉੱਥੇ ਰੈਸ਼ਾਂ ਨੇ, ਇੱਕ ਗੁਜ਼ਰੇ ਦੀ ਬਾਹ ਫੜ ਕੇ ਆਈਏ ਚਲਾ ਉਹ ਟਾਈਮ ਪਾਸ ਕਰੇ, ਇਹ ਵੀ ਇੱਕ ਗੁਜ਼ਰੇ ਪਿੱਟੇ ਲੈ ਚਲਾ ਉਹ ਟਾਈਮ ਪਾਸ ਕਰ, ਰੋਜ਼ ਨਾ 1 ਵਜੇ 1:15 ਵਜੇ 1:30 ਵਜੇ ਦੇ ਵਿੱਚ ਨਾ ਤੇਰਾ ਫੋਨ ਆਉਂਦਾ ਵਾ ਕਿ ਭਾਜੀ ਮੈਂ ਨਿਸ਼ਾਤਾਬਾਦ ਆ ਗਿਆ ਕਿਸੇ ਤਰੀਕੇ ਨਾਲ, ਇੱਥੋਂ ਮੈਨੂੰ ਮੰਗਵਾ ਲਓ, ਮੇਰੇ ਕੋਲ ਇਸ ਤੋਂ ਅੱਗੇ ਨਹੀਂ ਪੈਦਲ ਤੁਰਿਆ ਜਾਂਦਾ, ਭਾਜੀ ਵਰਲਡ ਟੂਰ ਕੀਤਾ ਲਿਫਟ ਲੈ ਲੈ, ਵਰਲਡ ਟੂਰ ਕਰਨਾ ਤੂੰ ਘਰੋਂ ਇੱਥੇ ਤੱਕ, ਤੇਰੇ ਕੋਲ ਟੂਰ ਹੁੰਦਾ ਨਹੀਂ, ਨਹੀਂ ਸਰ ਅੱਧ 'ਚ ਤੂੰ ਫੋਨ ਕਰ ਦਿੰਦਾ ਵੀ ਮੈਨੂੰ ਵੀ ਲੈ ਜਾਓ, ਮੈਰੀ ਜਹਾਜ਼ 'ਚ ਬੈਠਾ ਸਤਾਜੀ ਉੱਤੇ ਅੰਗਰੇਜ਼ ਲੰਮੇ ਪਏ ਜਾਂਦੇ ਈਜ਼ੀ ਹੋ ਗਏ ਤੇ ਐਵੇਂ ਉਹਨਾਂ ਨੂੰ ਉਹ ਇੱਧਰ ਨੂੰ ਲੱਤਾਂ ਨਹੀਂ ਕਰੀ ਦੀਆਂ। ਅੱਛਾ ਉਹਨਾਂ ਨੇ ਇੱਧਰ ਨੂੰ ਕਰ ਲਈਆਂ ਤੇ 15 ਮਿੰਟ ਬਾਅਦ ਬੈਰੀ ਜਹਾਜ਼ ਇੱਧਰ ਨੂੰ ਹੋ ਗਿਆ, ਉਹ ਬੈਰੀ ਜਹਾਜ਼ 'ਚ ਭਾਈ
ਇੱਦਾਂ ਮੂੰਹ ਕਰੀ ਜਾਵੇ ਉਹ ਅੰਗਰੇਜ਼ ਨਹੀਂ ਆਣ ਕਹਿੰਦੀ ਕੀ ਡਰ ਲੱਗਣ ਦਾ, ਕਹਿੰਦਾ ਨਹੀਂ ਮੈਂ ਤਾਂ ਇਮਲੀ ਖਾ ਰਹਾ ਹਾਂ। ਖੱਟੀ ਸ਼ਾਮੀ 4 ਵਜੇ ਬੈਰੀ ਜਹਾਜ਼ ਤੇ ਸਾਰੇ ਅੰਗਰੇਜ਼ਾਂ ਨੂੰ ਕਹਿੰਦੇ ਉਹ ਬਾਹਰ ਆ ਜਾਓ, ਅੰਦਰ ਹੋਮ ਹੋਇਆ ਪਿਆ। ਸਾਰੇ ਅੰਗਰੇਜ਼ ਉੱਥੇ ਨਾਈਟ ਡਿਨਰ ਕਰ ਰਹੇ ਆ ਹੱਸ ਕੇ ਤੇ ਆਪਣੀ ਸ਼ਲਵਾਰਾਂ ਸਕਾ ਸਕਾ ਪਾਉਂਦੇ ਨੇ। ਬੈਰੀ ਜਹਾਜ਼ 'ਚ ਉਹ ਜੁੱਤੀਆਂ ਖਾਧੀਆਂ ਨੇ ਸਾਹ ਜੀ, ਵਿਹਲਾ ਬੈਠਾ ਬਾਹਰ ਨਾ, ਉਹ ਕੋਈ ਲੈ ਕੇ ਨਾ ਪੇਚਕਸ ਟੈਪ ਤੇ ਭਿੰਡੇ ਲੈ ਕੇ ਤੂੰ ਤੇ ਖੁੱਤੀ ਕੱਢਤੀ, ਸਾਰਾ ਪਾਣੀ ਨਾਲ ਭਰ ਗਿਆ। ਕਹਿੰਦਾ ਮੈਂ ਕਿਹਾ ਬਾਦਲਾ ਮੈਂ ਖਰੋਟ ਖੇਲਾ ਤੋੜੇ। ਸਾਜੀ ਇੱਕ ਅੰਗਰੇਜ਼ ਨੀ ਨਾ ਪੂਲ ਦੇ ਵਿੱਚ, ਯਾਨੀ ਕਿ ਸਮੁੰਦਰ ਦੇ ਵਿੱਚ ਲੱਤਾਂ ਬੈਰੀ ਜਹਾਜ਼ 'ਚ ਇੰਜ ਲੱਤਾਂ ਵਿੱਚ ਕਰਕੇ ਬੈਠੀ ਤੇ ਲਾਗੋ ਲੰਘਦਾ ਲੰਘਦਾ ਧਿਆਨ ਨਾਲ ਮੱਛੀ ਨਾ ਪੈ ਜਾਵੇ। ਨਹੀਂ ਸਾਜੀ ਇਹ ਬੈਰੀ ਜਹਾਜ਼ ਹੁੰਦਾ ਮਾਮਾ ਜੀ, ਜੇ ਲੱਤਾਂ ਵੀ ਥੱਲੇ ਰੱਖ ਲਈ ਬੈਰੀ ਜਹਾਜ਼ 'ਚ ਬੈਠਾ ਤੇ ਅੰਗਰੇਜ਼ ਨੂੰ ਕਹਿੰਦਾ ਲੁੱਕਣ ਮਿੱਟੀ ਖੇਡੀਏ। ਉਹਦਾ ਸੂਆ ਨੀ ਹੁੰਦਾ ਬੈਰੀ ਜਹਾਜ਼ ਦਾ? ਆਹੋ ਤਾਂ ਜੀ ਉੱਤੇ ਲੱਗਾ ਹੁੰਦਾ ਵਾ, ਉਹਦੇ ਨਾਲ ਆਪਣਾ ਕੇਲੇ ਵਾਲਾ ਚਾਪੜ ਟੰਗ ਦਿੰਦਾ ਕੈਪਟਨ ਨੂੰ ਜਾ ਕੇ USB ਬਣਾਉਂਦੇ ਕਹਿੰਦਾ ਕਵਾਲੀਆਂ ਬੈਰੀ ਜਹਾਜ਼ ਨਹੀਂ ਲੱਗ ਸਕਦੀਆਂ। ਅੱਛਾ ਇਹਨੇ ਵੀ ਬੈਰੀ ਜਹਾਜ਼ ਆਪਣਾ ਲੈ ਲਿਆ ਛੋਟਾ ਜਿਹਾ, ਉਹਦੇ ਪਿੱਛੇ ਲਾਇਆ ਤੂੰ ਲੰਘ ਜਾ ਸਾਡੀ ਖੈਰ। ਸਾਰੀਆਂ ਸ਼ਿਪਾਂ ਜਹਾਜ਼ ਆਪਣੀ ਸੀ, ਉਹਦੀ ਵਜ੍ਹਾ ਦਾਦਾ ਸਮੁੰਦਰੀ ਲਟੇਰਾ ਸੀ। ਆਪਣੀ ਤਾਰੀਫ ਦੱਸ ਰਿਹਾ ਜੀ ਆਪਣੀ, ਬੈਂਕ ਚੋਂ ਚੰਡਾ ਖਾ ਲਿਆ, ਬੈਂਕ ਚੋਂ ਇਹਦਾ ਏਟੀਆਂ ਫਸ ਗਿਆ ਤੇ ਆਪ ਹੀ ਪੇਚਕਸ ਲੈ ਖੋਲਣ ਡਿਆ। ਉਹ ਕਹਿੰਦੇ ਮਾਪਾ ਸਾਨੂੰ ਦੱਸ ਸੀ ਮਰ ਗਿਆ। ਕਹਿੰਦਾ ਮੇਰੇ ਕੋਲ ਬੈਰੀ ਜਹਾਜ਼ ਆ, ਮੈਂ ਘਰ ਜਾ ਕੇ ਵੇਖਿਆ ਇਹਦਾ ਇੱਕ ਭਰਾ ਜਹਾਜ਼ ਸੀ ਉਹ ਕੰਨੋਂ ਬੋਲਾ ਸੀ। ਉਸਤਾਦ ਜੀ ਡਾਕੇ ਮਾਰਦੇ ਸੀ ਸਮੁੰਦਰ ਦੇ ਵਿੱਚ, ਸਮੁੰਦਰ ਦੇ ਐਂਡ ਤੇ ਜਾ ਕੇ ਉਹਨਾਂ ਨੇ ਪੂਰੀ ਜੰਗ ਕਰਨੀ ਅਗਲੇ ਜਹਾਜ਼ ਵਾਲਿਆਂ ਕੋਲੋਂ। ਉਹਨੂੰ ਕੀ ਕਹਿੰਦੇ ਨੇ ਬੈਰੀ ਕਜ਼ਾਕ? ਹਾਂਜੀ ਉਹ ਸੀ ਜਿਹੜੇ ਖਜ਼ਾਨੇ ਲੱਭਦੇ ਆ, ਪੂਰੀ ਪੂਰਾ ਉਹਨਾਂ ਕੋਈ ਚਮੜੇ ਦੇ ਉੱਤੇ ਖਜ਼ਾਨਾ ਵੀ ਬਣਿਆ ਹੁੰਦਾ। ਉਹ ਹਜੇ ਵੀ ਪਿਆ ਸਾਡੇ ਘਰ ਤੇ, ਉਹਨੂੰ ਕਹਿੰਦੇ ਸੁਬਾਹ ਲਿਆ ਕੇ ਦਿਖਾ ਦੂੰਗਾ। ਤੇ ਤੂੰ ਉਹ ਖਜ਼ਾਨੇ ਤੋਂ ਜਾ, ਤੂੰ ਉਧਰ ਨੂੰ ਮਗਰ ਨੂੰ ਖਜ਼ਾਨੇ ਤੋਂ ਗਿਆ, 17 ਮਹੀਨੇ ਲੱਗਾ ਰਿਹਾ ਐਂਡ ਜਿੱਥੇ ਖਜ਼ਾਨਾ ਸੀ ਨਾ ਉੱਥੇ ਉਹ ਗਲੀ ਬੰਦ ਸੀ ਅੱਗੋਂ। ਦਾਦਾ ਦੋ ਭਾਈ ਸੀਗੇ, ਇਹ ਪਾੜ ਕੇ ਅੱਧਾ ਅੱਧਾ ਨਕਸ਼ਾ ਦੋਵਾਂ ਦੇ ਕੋਲ ਸੀ, ਠੀਕ ਆ, ਅੱਧਾ ਇੱਕ ਦੇ ਕੋਲ ਸੀਗਾ ਅੱਧਾ ਇੱਕ ਦੇ ਕੋਲ ਸੀ। ਇਹ ਲੈ ਕੇ ਆਏ ਵੀ ਆ ਇੱਕ ਦੋ ਵਾਰੀ ਸਾਜੀ, ਹਜੇ ਹੋਰ ਵੀ ਨਕਸ਼ੇ ਘਰ ਪਏ ਆ ਖਜ਼ਾਨੇ ਦੇ। ਮੈਂ ਕਹਿੰਦਾ ਤਾਇਆ ਤੇਰਾ ਬਨਫਸ਼ੇ ਦੀ ਵਜ੍ਹਾ ਤੋਂ ਖੰਗ ਖੰਗ ਕੇ ਮਰ ਗਿਆ, ਉਹ ਤੇਰੇ ਘਰ ਨੀ ਆ ਸਕੇ ਆ ਤੇ ਨਕਸ਼ੇ ਪਏ। ਸਕੈਨ ਕਰਨ ਵਾਲੀਆਂ ਮਸ਼ੀਨਾਂ ਸਾਡੇ ਘਰ ਪਈਆਂ, ਉਹ ਤੇਰੇ ਦਾਦੇ ਤੋਂ ਅੱਖ ਤੋਂ ਵੀ ਲਾਇਆ ਹੁੰਦਾ ਤੇਰੇ ਦਾਦੇ। ਉਹਦੀ ਇਹਦੇ ਪਿੱਛੇ ਪਤਾ ਕੀ ਵਜ੍ਹਾ ਵਾ? ਉਹ ਇੱਕ ਅੱਖ ਉਹਨਾਂ ਨੇ ਤਾਂ ਛੱਡ ਉਹਨੂੰ ਰੱਖੀ ਹੁੰਦੀ ਆ ਵੀ ਇੱਕ ਅੱਖ ਦੇ ਨਾਲ ਦਿਨ ਨੂੰ ਨਜ਼ਰ ਆਵੇ, ਦੂਜੀ ਅੱਖ ਦੇ ਨਾਲ ਰਾਤ ਨੂੰ ਵੀ ਨਜ਼ਰ ਆਵੇ। ਐਡਾ ਬੇਬੂ ਜਾਹਲ ਅਨਪੜ ਮੱਛਲੀਆਂ ਦੇ ਨਾਵਾਂ ਦਾ ਨਹੀਂ ਪਤਾ। ਮੈਂ ਕਿਤੇ ਪੁੱਛਿਆ, ਮੈਂ ਕਿਹਾ ਤੇਰੇ ਦਾਦੇ ਨਾਲ ਕਿੱਦਾਂ ਮਰਿਆ ਉਹਦੇ ਸਮੁੰਦਰ ਦੇ ਵਿੱਚ? ਕਹਿੰਦਾ ਉਹਨੂੰ ਵਹੀਦ ਮੱਛਲੀ ਨੇ ਡੰਗ ਮਾਰ। ਤਾਜੀ ATM ਚੋਂ ਪੈਸੇ ਕਢਾਏ, 5,000 ਰੁਪਏ ਤੋਂ ਵੱਧਾ ਨਿਕਲ ਗਿਆ, ਵਾਪਸ ਭੇਜ ਕੇ ਕਹਿੰਦਾ ਟੁੱਟੇ ਚਾਹੀਦੇ ਆ ਟੁੱਟੇ, ਤਾਂ ਭਾਲ ਕੱਢੋ ਜੀ ਭਾਲ। ਦਾਦਾ ਭਾਈ ਸਮੁੰਦਰੀ ਲਟੇਰਾ ਸੀ, ਦਾਦੀ ਦਰਿਆਈ ਡਕੇਟਨ, ਦਰਿਆਈ ਡਕੇਟਨ ਸਮੁੰਦਰੀ ਸ਼ਹਿਰ 'ਚ ਦਾਦੇ ਨੇ ਇੱਕ ਬੰਦੇ ਦੇ 20 ਰੁਪਏ ਕੱਢ ਲਏ, ਉਹ ਸਮੁੰਦਰੀ ਲਟੇਰੇ ਹੋਏ। ਸਮੁੰਦਰੀ ਲਟੇਰਾ ਆਹੋ ਚਲਾਸ ਸੀ, ਇੱਕ ਹੱਥ ਨਾਲ ਫਾਂਸੀ ਲਾਉਂਦੇ ਇੱਕ ਹੱਥ ਨਾਲ ਮੂਲੀ ਖਾਂਦੇ। ਹਾਂ ਮਾਰਾ ਬਾਈ।
ਮੈਂ ਨਾਜ਼ਰੀਨ ਯਾਰ ਮਾਦਰ ਅੱਜ ਅਸੀਂ ਥੱਕੇ ਬਹੁਤ ਆ, ਬਹੁਤ ਭਾਰੀਆਂ ਸ਼ੀਟਾਂ, ਸਾਨੂੰ ਸਮਝ ਕੁਛ ਨਹੀਂ ਆਉਂਦੀ, ਤੁਹਾਡੀ ਮਿਹਰਬਾਨੀ ਹੈ। ਇਹ ਤਾਂ ਦਾਦਾ ਗਿਆ ਖਜ਼ਾਨਾ ਲੈਣ ਭਾਈ, ਮਹੀਨਾ ਡੇਢ ਮਹੀਨਾ ਖਜ਼ਾਨਾ ਲੱਭਾ ਤੇ ਉੱਥੇ ਫੋਨ ਕਰਕੇ ਕਹਿੰਦਾ ਮੇਰੀ ਕਮੇਟੀ ਤੋੜ ਦਿਓ ਭਾਈ। ਇਹ ਤਾਂ ਦਾਦਾ ਕਿਤੇ 6 ਮਹੀਨੇ ਜ਼ਲੀਲ ਹੁੰਦਾ ਰਿਹਾ, ਇਹਨਾਂ ਦੇ ਗੁਆਚ ਗੂਚ ਗਿਆ ਕਿਤੇ, ਉੱਥੇ ਜਾ ਘਰ ਫੋਨ ਕਰ ਰਿਹਾ ਕਹਿੰਦਾ ਬਿੱਲੀ ਪਹੁੰਚ ਗਈ। ਤੂੰ ਆਪ ਕਦੀ ਦਾਦੇ ਨਾਲ ਗਿਆ ਕਿਸ਼ਤੀ ਕੁਸ਼ਤੀ 'ਚ ਬਹਿ ਕੇ ਕਿਤੇ, ਝੂਟਾ ਲਿਆ ਕਿਸ਼ਤੀ ਦਾ? ਕਿਸ਼ਤੀ ਆਪਣੀ ਸੀ ਤੁਹਾਡੇ ਕੋਲ? ਤਨਖਾਵਾਂ ਜੋੜ ਕੇ ਉਹਨੇ ਇੱਕ ਚੱਲਦਾ ਜਹਾਜ਼ ਆਪਣਾ ਲੈ ਲਿਆ, ਉਹਦੇ ਤੋਂ ਫਿਰ ਤਰੱਕੀ ਹੋ ਗਈ, ਫਿਰ 2-3 ਹੋਰ ਆ ਗਏ ਤੇ ਉਹਨੇ ਕਿਹਾ ਜਹਾਜ਼ ਤਾਂ ਇਕੱਠੇ ਹੋ ਹੀ ਗਏ, ਅਸੀਂ ਕਿਉਂ ਨਾ ਇਸ ਕੰਮ ਨੂੰ ਤੋੜ ਦਈਏ। ਤਿੰਨੇ ਸਵਾਰੀ ਢੋਦੇ ਸੀਗੇ ਰਾਤ ਨੂੰ ਉੱਤੇ ਸਮੁੰਦਰੀ ਲਟੇਰੇ। ਉਹ ਨੀ ਜਿਹੜਾ ਸਮੁੰਦਰ ਚ ਆਉਂਦਾ ਦੁਬਈ, ਉਹ ਫੈਂਸੀ ਮੋਟਰ ਬੋਟ, ਉਹਦਾ ਵੀਜ ਮਾਰਨ ਦਿਆ ਭਾਈ। ਤੇਲ ਮੁੱਕਾ ਵਾ ਟੈਰਾਂ ਵਾਲੇ ਬੂਟ ਦੇ ਪਿੱਛੇ ਨਿੱਕੇ ਨਿੱਕੇ ਚਿੱਕੜ ਮੈਲ ਲਾਏ ਹੋਏ, ਟੈਰਾਂ ਵਾਲੇ ਬੂਟ ਲੈ ਕੇ ਸਾਈਕਲਾਂ ਲੱਗੋ ਬੇਟਾ, ਮੈਂ ਕੀ ਕਹਿੰਦਾ ਕਿੱਲ ਫਿਰ ਗਏ ਟੈਰਾਂ ਬੂਟ ਪਾ ਕੇ ਟੂਲ ਪਲਾਜ਼ਾ ਐਮ ਟੈਕ ਚੋਂ ਲੰਘ ਗਿਆ। ਟੈਰਾਂ ਵਾਲੇ ਬੂਟ ਪਾ ਕੇ ਫਿਰਨ ਜਾ ਇੱਕ ਮੁੰਡਾ ਕਹਿੰਦਾ ਗੱਡੀ ਓਏ ਪੈਦਲ ਗੱਡੀ, ਉਹ ਹਵਾਈ ਲੁਟੇਰਾ ਵੀ ਗੁਜ਼ਰਿਆ ਤੁਹਾਡੇ ਖਾਨਦਾਨ ਚ? ਨਹੀਂ ਨਹੀਂ ਸਾਜੀ, ਉਹ ਮੇਰਾ ਇੱਕ ਰਿਸ਼ਤੇਦਾਰ ਸੀਗਾ, ਉਹਨਾਂ ਨੇ ਪਲੇਨ ਹਾਈਜੈਕ ਕਰ ਲਿਆ ਸੀ। ਦੁਸ਼ਮਣਦਾਰੀ ਸੀਗੀ, ਠੀਕ ਆ, ਉਹ ਇੱਥੋਂ ਉਹਨਾਂ ਦੇ ਨਾਲ ਛੱਡ ਕੇ ਉਹਨਾਂ ਦੀ ਲੜਾਈ ਲੜੂਈ ਨਿਕਲਣ ਲੱਗਾ ਸੀ ਬਾਹਰ, ਉਹਨਾਂ ਨੂੰ ਪਤਾ ਲੱਗ ਗਿਆ, ਉਹਨੇ ਭਾਈ ਘੇਰ ਲਿਆ ਉਹਨੂੰ ਰਾਹ ਦੇ ਵਿੱਚ, ਜਹਾਜ਼ ਲਵਾ ਲਿਆ ਆਪਣੀ ਜ਼ਮੀਨ ਤੇ, ਉਹਨੂੰ ਫਿਰ ਫੜ ਕੇ ਮਾਰਤਾ। ਜਹਾਜ਼ ਚੱਕਾ ਭਲਾ ਚਲਾ ਰਿਹਾ ਚਲਾ ਰਿਹਾ ਜਹਾਜ਼ ਚਲਾ ਕੇ ਇਕਦਮ ਅੱਗੇ ਦੇਖ ਕੇ ਨਾ ਉੱਠ ਕੇ ਪਿੱਛੇ ਜਾ ਕੇ ਨਾ ਉਹ ਅੱਗੇ ਪਹਾੜ ਆ ਗਿਆ ਪਹਾੜ। ਉਹ ਤਾਂ ਰੇਹੜੀ ਚਲਾਉਂਦਾ ਸੀਗਾ ਤੇ ਪਾਇਲਟ ਬਣ ਗਿਆ ਸਰ ਜੀ, ਜਹਾਜ਼ ਲੈਂਡ ਵੀ ਇੰਜ ਕਰ ਰਿਹਾ ਭਾਈ। ਖੋਤਾ ਰੇਹੜੀ ਚਲਾਉਂਦਾ ਸੀ ਪਾਇਲਟ ਬਣ ਗਿਆ, ਜਹਾਜ਼ ਚ ਬੋਤਲ ਰੱਖੀ ਖੜਕਾਉਣ ਵਾਲੀ ਬੋਤਲ ਕਰਨ ਵਾਲੀ ਚੇਹਰੇ ਪਾਸ ਪਾਇਲਟ ਸੀ ਸ਼ੂਗਲੀ ਐਵੇਂ 10 ਮਿੰਟ ਬਾਅਦ ਕਹਿੰਦਾ ਜੇ ਮੈਂ ਤੁਹਾਨੂੰ ਕਹਾਂ ਜਹਾਜ਼ ਡਿੱਗਣ ਵਾਲਾ ਫੇਰ ਕਹਿ ਕੇ ਅੰਦਰ ਆ ਜਾਂਦਾ ਸੀ। ਮਿੱਠਾ ਇੰਨਾ ਬੋਲਦਾ ਵਾ ਇਹ ਪੂਰੇ ਮੁਲਕ 'ਚ ਇੱਕ ਮਿੰਟ ਦੀ ਖਮੋਸ਼ੀ ਹੋਈ, ਉਹਦੇ 'ਚ ਵੀ ਇਹਦੀਆਂ 3 ਖੰਗਾਂ 4 ਦਕਾਰ ਉਹਦੇ 'ਚ ਮੇਰੇ ਕਿੱਥੇ ਲੈਣਾ ਸੀ, ਤਪ ਹੈ ਹੀ ਸੀ ਇਹਦੀ। ਮਿੱਠੇ ਦੇ ਅੰਦਰ ਲਫ਼ਜ਼ ਇਹਦਾ ਕਰਕੇ ਬੈਠੇ ਆ ਤੇ ਇੱਕ ਸਿਆਣਾ ਲਫ਼ਜ਼ ਬੈਠਾ ਆ, ਚਲੋ ਵੀ 4 ਕਿਉਂ ਜੀ ਆਓ ਜੀ ਕਿਉਂ ਜੀ। ਉਹ ਮਿੱਠਾ ਉਸਤਾਦ ਜੀ ਜਿੱਥੇ ਨਾਰਮਲ ਬੋਲਦਾ ਨਾ ਜਿਵੇਂ ਆਮ ਬੰਦਾ ਬੋਲਦਾ ਜਿਸ ਮਹਿਫਲ 'ਚ, ਉਸ ਮਹਿਫਲ 'ਚ ਇਹਨੂੰ ਕਹਿੰਦੇ ਮਿੱਠੇ ਖੈਰ ਆ ਚੁੱਪਾਂ ਹੀ ਵੱਟ ਗਈਆਂ ਭਰਾ। ਸਾਜੀ ਇੱਕ ਵਾਰ ਤੁਹਾਨੂੰ ਮੈਂ ਦੱਸਿਆ ਨਾ ਇੱਕ ਮੂਵੀ ਹੈਗੀ ਆ 1000 words, ਹਾਂਜੀ ਉਹ ਐਡੀ ਮਰਫੀ ਦੀ, ਓਏ ਉਹ ਇੱਦਾਂ ਬੋਲਦਾ ਯਾਰ ਉਹਦੇ 'ਚ, ਓਏ ਹੋਏ ਹੋਏ ਤੌਬਾ ਕਰਾ ਦਿੰਦਾ ਜਿੱਥੇ ਜਾਂਦਾ, ਆਵਾਜ਼ਾਰ ਹੁੰਦੇ ਸਾਰੇ ਉਹਦੇ ਕੋਲ। ਉਹਦੇ ਘਰ ਦੇ ਬਾਹਰ ਸਾਜੀ ਦਰਖਤ ਹੁੰਦਾ ਇੱਕ, ਉਹ ਇੱਕ ਦਿਨ ਬੈਠਾ ਉਹਦੇ ਉਹ ਨਾ ਉੱਥੇ ਫੋਨ 'ਤੇ ਗੱਲ ਕਰ ਰਿਹਾ ਤੇ ਦੇਖ ਰਿਹਾ ਕਿ ਯਾਰ ਇਹਦੇ ਪੱਤੇ ਡਿੱਗਦੇ ਨੇ, ਮਤਲਬ ਮੈਂ ਫੋਨ 'ਤੇ ਕਿਹਾ ਨਾ ਇੱਕ ਮਿਸਾਲ ਕਿ ਹੈਲੋ ਅਤੇ ਇੱਕ ਪੱਤਾ ਡਿੱਗਿਆ, ਅਤੇ ਮੈਂ ਕਿਹਾ ਵਟ ਆਰ ਯੂ ਡੂਇੰਗ, ਅਤੇ ਵਟ ਆਰ ਯੂ ਡੂਇੰਗ, 4 ਪੱਤੇ ਡਿੱਗੇ। ਉਹ ਥੋੜ੍ਹਾ ਸਿਰ ਦੇਖਦਾ ਕਿ ਯਾਰ ਇਹ ਕੀ ਰੋਲਾ ਹੋ ਰਿਹਾ,
ਉਹਨੂੰ ਸ਼ੱਕ ਪੈਂਦਾ, ਉਸ ਤੋਂ ਬਾਅਦ ਉਹ ਟਰਾਈ ਕਰਦਾ, ਹੈਲੋ ਤੇ ਇੱਕ ਪੱਤਾ ਐਂਜ ਟੈਪ ਨਾ, ਉਹ ਟਰਾਈ ਕਰਦਾ, ਉਹਨੂੰ ਕਨਫਰਮ ਹੋ ਜਾਂਦਾ ਕਿ ਬਾਬਾ ਜੀ ਮੈਂ ਜਿੰਨੇ ਲਫ਼ਜ਼ ਬੋਲ ਰਿਹਾ ਨਾ ਇਹਦੇ ਪੱਤੇ ਡਿੱਗ ਰਹੇ ਆ। ਉਹ ਇੱਕ ਲੈ ਆਉਂਦਾ ਉੱਥੇ ਜਿਹੜਾ ਪਾਦਰੀ ਪੜ੍ਹਾਈ ਵਾਲੇ ਨੂੰ, ਉਹਨਾਂ ਨੂੰ ਲੈ ਆਉਂਦਾ ਚਰਚ 'ਚੋਂ ਨਾ ਉਹਨਾਂ ਦੇ ਜਿਹੜੇ, ਉਹ ਕਹਿੰਦਾ ਜੀ ਇਹ ਮਸਲਾ ਵਾ। ਉਹ ਸਾਰਾ ਹਿਸਾਬ ਕਿਤਾਬ ਲਾਉਂਦਾ, ਕਹਿੰਦਾ ਭਾਅ ਜੀ ਗੱਲ ਇਹ ਹੈ ਕਿ ਤੁਸੀਂ ਆਪਣੇ ਲਫ਼ਜ਼ ਸਾਰੇ ਖਤਮ ਕਰ ਲਏ ਹੁਣੇ ਹੀ, ਹੋ ਗਏ ਆਹੋ, ਇਹ ਹਜ਼ਾਰ ਪੱਤਾ ਰਹਿ ਗਿਆ ਵਾ ਇੰਨੇ ਲਫ਼ਜ਼, ਤੇ ਇੰਨਾ ਹੀ ਤੇਰੇ ਕੋਲ ਲਫ਼ਜ਼ ਆ, ਇੰਨਾ ਹੀ ਤੂੰ ਬੋਲਣਾ ਬਾਕੀ ਲਾਈਫ 'ਚ ਤੇਰੇ ਕੋਲ ਹਜ਼ਾਰ ਲਫ਼ਜ਼ ਆ। ਗੁੰਗਾ ਟੈਪ ਹੋ ਜਾਣਾ, ਫਿਰ ਉਸਤਾਦ ਜੀ ਇੱਕਦਮ ਚੁੱਪ ਹੁੰਦਾ ਵਾ, ਓਏ ਹੋਏ ਹੋਏ, ਫਿਰ ਅੱਗੋਂ ਵੇਖਣ ਵਾਲਾ ਕਿ ਇੱਕਦਮ ਮਤਲਬ ਉਹ ਇੱਥੇ ਲੈ ਕੇ ਗਏ ਨੇ, ਇੱਕ ਮਾਇੰਡ ਸੈੱਟ ਕਰ ਦਿੱਤਾ ਨਾ, ਫਿਰ ਗੋਰਾ ਤੈਨੂੰ ਪਤਾ ਹੋਇਆ ਵੀ ਤੈਨੇ ਫਿਲਮ ਬਣਾ ਲੈਂਦਾ, ਉਹਨੇ ਮਾਇੰਡ ਸੈੱਟ ਕਰਤਾ ਕਿ ਵੀ ਇਹ ਕੀ ਕਰੈਕਟਰ, ਇੱਕਦਮ ਉਹਦੇ ਓਪੋਜ਼ਿਟ ਆ ਗਿਆ, ਚੁੱਪ ਆ, ਦਫ਼ਤਰ ਜਾ ਰਿਹਾ ਚੁੱਪ, ਸਾਰੇ ਕਹਿ ਰਹੇ ਇਹਨੂੰ ਕੀ ਹੋਇਆ, ਬੁੱਢੀ ਵੀ ਕਹਿ ਰਹੀ ਚੁੱਪ, ਉਹਦੇ 'ਚ ਫਿਰ ਐਸੇ ਐਸੇ ਸ਼ਾਰਟ ਹੁੰਦੇ ਨੇ। ਅੱਛਾ ਅਗਲੀ ਗੱਲ, ਉਹ ਲਿਖਦਾ ਵਾ, ਯਾਨੀ ਉਹਨੇ ਪੈਨਸਲ ਫੜੀ ਆ ਅਤੇ ਤੈਨੂੰ ਫੜਾਈ ਤਾਂ ਤੇਰੀ ਪੈਨਸਲ ਚੱਲ ਰਹੀ ਹੈ, ਅਤੇ ਉਹਨੇ ਫੜ ਕੇ ਅੰਜ ਲਿਖਿਆ ਤਾਂ ਲਿਖਿਆ ਨਹੀਂ ਜਾ ਰਿਹਾ, ਪੈਨਸਲ 'ਤੇ ਵੀ ਨਹੀਂ ਲਿਖਿਆ ਜਾ ਰਿਹਾ ਨਾ ਲਫ਼ਜ਼, ਕਿਤੇ ਵੀ ਨਹੀਂ, ਨਾ ਕੋਈ ਮੈਸੇਜ ਹੋ ਰਿਹਾ ਨਾ ਕੋਈ, ਇਹਨੂੰ ਉੱਥੇ ਕੁਛ ਵੀ ਨਹੀਂ, ਉਹ ਤਾਂ ਲਫ਼ਜ਼ ਹੀ ਮੋਗੇ, ਮਿੱਟੀ ਹੋ ਗਿਆ, ਬੋਲਣਾ ਵਾ ਤਾਂ ਮੋਗੇ ਹੋਣੇ ਆ। ਹਾਂ ਨਹੀਂ ਨਹੀਂ ਬੋਲਣਾ ਵਾ ਸਿਰਫ, ਆਹੋ ਉਂਝ ਲਿਖ ਨਹੀਂ ਸਕਦਾ ਤੂੰ, ਫਿਲਮ ਆ 1000 ਵਾਰ ਐਡੀ ਮਰਫੀ ਦੀ ਫਿਲਮ ਆ ਯਾਰ, ਮਿੱਠਾ ਜਦੋਂ ਸੌਂਦਾ ਨਾ ਰਾਤ ਨੂੰ ਇਹਦੇ ਅੰਦਰ ਨਵੇਂ ਲਫ਼ਜ਼ ਧੰਗਾ ਲਾ ਕੇ ਜਾਂਦੇ, ਜਿਹੜੀ ਇਹਦੇ ਵੀ ਲਫ਼ਜ਼ ਥੋੜੇ ਰਹਿ ਗਏ, 400 ਲੈ ਗਏ ਉਹਨੇ ਨਹੀਂ ਸੀ ਕਿਹਾ ਮਦੱਸਰ ਨੇ, ਹਾਂਜੀ ਕਹਿੰਦਾ ਉਸਤਾਦ ਜੀ ਇਹਦੇ ਲਫ਼ਜ਼ ਮੁੱਕ ਜਾਣੇ ਆ, ਪਿੱਛੇ ਦੀ ਜ਼ਿੰਦਗੀ ਹਲੇ 30 ਸਾਲ ਪਈ ਹੋਣੀ, 40 ਸਾਲ ਚੁੱਪ ਕਰਕੇ ਗੁਜ਼ਾਰ, ਆਹੋ ਚੁੱਪ ਕਰਕੇ, ਇਹਨੂੰ ਪੁੱਛਣਾ ਕੀ ਹੋਇਆ ਭਰਾਵਾ ਪਹਿਲੇ ਬੋਲ ਬੈਠਾ ਸਾਰੇ, ਇਹਦੇ ਲਫ਼ਜ਼ ਅੰਦਰ ਇੰਝ ਬੈਠੇ ਆ ਕਿ ਪਤਾ ਨਹੀਂ ਕਿਹੜੇ ਟਾਈਮ ਨਿਕਲੇ, ਆਹੋ ਅਲਰਟ ਹੋ ਗਏ, ਇਹਦੇ ਅੰਦਰ ਨਾ ਦੋ ਤਿੰਨ ਬੰਦੇ ਖੜੇ ਨੇ ਉਹ ਲਫ਼ਜ਼ਾਂ ਦੇ ਵੱਡੇ ਵੱਡੇ ਬਾਲਟੀਆਂ ਭਰ ਪਾਉਣਾ, ਇਹਦੇ ਮੂੰਹ ਵੱਲ ਸਿੱਟ ਰਹੇ ਏਦਾਂ ਹੁੰਦਾ ਭਲਾ ਇਸਦਾ ਜੀ, ਇੱਕ ਰਫ਼ਤਾਰ ਹੁੰਦੀ ਆ, ਮੇਰਾ ਸੀਕੁਐਂਸ ਉੱਥੇ ਸੈੱਟ ਹੋਇਆ ਵਾ, ਨਾਲੇ ਮੈਂ ਤੁਹਾਨੂੰ ਦੱਸਿਆ ਜੀ ਮੈਂ ਆਪਣੀ ਰਫ਼ਤਾਰ ਤਾਂ ਘਟਾਵਾਂ ਜੇ ਮੈਂ ਕਿਤੇ ਹੋਰ ਜਾਣਾ ਹੋਵੇ, ਮੈਂ ਇੱਥੇ ਮਰਨਾ ਕੱਪੜਾ ਵਾ, ਉਸ ਜ਼ਬਾਨ ਦੇ ਵਿੱਚ ਸਪੀਡ ਬ੍ਰੇਕਰ ਬਣਾ ਤਾ ਕਿ ਥੋੜੀ ਜਿਹੀ ਸਲੋ ਗੱਲ, ਆਹੋ ਵੀ ਉੱਥੋਂ ਲਫ਼ਜ਼ ਤੇ ਤਾਲ ਨੂੰ ਵੱਜ ਵੱਜ ਕੇ ਤੇ ਹੋਰ ਪਾਸੇ ਜਾਈ ਜਾਂਦਾ, ਬਣਾਇਆ ਸੀ ਭਾਈ ਜੱਪ ਜ਼ਬਾਨ ਤੇ ਨਸੀਮ ਸਾਹਿਬ ਦਾ ਘਟਾ ਗਿਆ, ਤਾਂ ਜੀ ਬਸ ਇੰਨਾ ਸਲੋ ਬੋਲਦਾ ਵਾ, ਇਹਦੇ ਕਿੰਨੇ ਲਫ਼ਜ਼ ਅੰਦਰ ਬੁੱਢੇ ਹੋ ਗਏ, ਆਪਸ 'ਚ ਲਫ਼ਜ਼ ਕਹਿ ਰਿਹਾ ਉਹ ਦੇਖ, ਉਹ ਯਕੀਨਨ ਵਿਚਾਰਾ ਬੁੱਢਾ ਹੋ ਗਿਆ, ਕਿਉਂਕਿ ਬਾਸ ਨੇ ਕਦੀ ਯਕੀਨਨ ਕਿਹਾ ਹੀ ਨਹੀਂ, ਚੁਨਾਚੇ ਅੰਦਰ ਢੋਲ ਆ ਕੇ ਤੁਸੀਂ ਦੋਵੇਂ ਇਹਨਾਂ ਦੋਵਾਂ ਨੂੰ ਨਾ ਵੈਸੇ ਮਿਕਸ ਟੈਪ ਕਰਕੇ ਨਾ ਅੱਧਾ ਅੱਧਾ ਕਰ ਸਕਦੇ, ਤੂੰ ਆਪਣੇ ਲਫ਼ਜ਼ ਉਹਨੂੰ ਦੇ ਦੇ, ਨਹੀਂ ਤੂੰ ਇਹਨੂੰ ਫਾਇਦਾ ਕੀ ਹੁਣ, ਮਿੱਠਾ ਇੰਨੀ ਸਪੀਡ ਨਾਲ ਬੋਲਦਾ, ਇੱਕ ਜਗ੍ਹਾ ਤੇ ਇੰਨੇ ਸਬਕ ਸੁਣਾਇਆ ਤੇ ਉਸ ਤੋਂ ਬਾਅਦ ਵੀ ਬੋਲੇ ਤੇ ਕਭੀ ਯਾਦ ਨਹੀਂ ਰਹਿੰਦੇ, ਝਾੜੂ ਮਾਰ ਕੇ ਤੇਰੇ ਘਰ ਪ੍ਰਾਹੁਣੇ ਆ ਗਏ ਦੋ ਕਾਂ ਦੀ ਵਜ੍ਹਾ ਤੋਂ, ਇਹਦੇ ਨਾਲ ਤੈਨੂੰ ਕੀ ਰੌਲਾ ਵਾ, ਰੌਲਾ ਕੀ ਗੱਲ, ਗਲਤ ਕਰਦਾ ਉਹ, ਗੱਲ ਕਰਦਾ ਤੈਨੂੰ ਸਾਰੇ ਕਰਨ ਦੇ, ਤੂੰ ਇਹਦੀ ਤੈਨੂੰ ਖਿੱਚ ਕਿਉਂ ਚੜਦੀ ਬਹੁਤੀ, ਉਹ ਟਰੈਕ ਰੱਖਿਆ ਸੋਹਣਾ ਵੀ ਟਰੈਕ ਤੁਰ ਰਿਹਾ ਜਿਹੜੇ ਦੋ ਕੰਮ ਆ ਵੇਖਿਆ ਨਾ ਤੇਰੇ ਅੰਦਰ ਕੋਈ ਇਹਦੇ ਵਿੱਚ ਕੋਈ ਇਹਦੇ ਲਈ ਨਾ ਕੋਈ ਮਨਾਫਕਤ ਚੱਲ ਰਹੀ ਤੇਰੇ ਨਾਲ, ਗੱਲ ਮਨਾਫਕਤ ਹੀ ਨਹੀਂ ਸਤਾ ਜੀ, ਜਿਹੜਾ ਬੰਦਾ ਟਰੈਕ ਤੁਰਦਾ ਮੈਨੂੰ ਬੁਰਾ ਲੱਗਦਾ ਵਾ, ਦੋ ਕੰਮ ਆ ਵੀ ਤੂੰ ਕਿਤੇ ਕੀ ਕਰਨਾ ਦੱਸ, ਆ ਵੇ ਨਾ ਹੁਣ ਇਹਨੇ ਬੁਰਾ ਕਹਿਣਾ ਸੀ, ਦੋ ਲਫ਼ਜ਼ ਬੁੜਾ ਵੀ ਜ਼ਾਇਆ ਕਰ ਲਿਆ, ਬੁਰਾ ਵੀ ਜ਼ਾਇਆ ਕਰ ਲਿਆ, ਆਪਣੇ ਅੰਮੀ ਬਿਲ ਵੇਖਿਆ ਕਿ ਹਾਂਜੀ, ਉਹਨਾਂ ਨੇ ਕਿਹਾ ਬਸ ਇੰਨਾ ਹੀ ਨਜ਼ਰ,
ਉਹ ਕਰਨਾ ਕੀ ਆ ਸਵੇਰੇ ਜੇ ਜਾਣ ਦਾ ਧੁੱਪ ਹੀ ਅਸੀਂ ਉਹਦੇ ਅੱਲਾ ਮਾਫੀ ਤੋਬਾ ਐਸਾ ਪੜੂਸ ਆਉਂਦਾ ਧੁੱਪ ਦਾ ਉਹਨਾਂ ਨੇ ਕਿਹਾ ਓਏ ਦਬਗੁੱਲਾ ਆਉਂਦਾ ਐਸਾ ਧੁੱਪ ਦਾ ਭਾਜੀ ਮੈਂ ਤੈਨੂੰ ਕੀ ਦੱਸਾਂ ਕੰਮ ਤੇ ਪਹੁੰਚਦਾ ਉਹ ਤੋਂ ਗਾਹਕ ਐਸੇ ਨੈਸ਼ ਉਹ ਮਰੇ ਮੌਲਾ ਮੈਂ ਤੈਨੂੰ ਪੰਜ ਵਾਰੀ ਉਹਨਾਂ ਨੇ ਕਿਹਾ ਉਹ ਮਿੱਠਾ ਇੰਨੀ ਸਪੀਡ ਨਾਲ ਬੋਲਦਾ ਇਹਦੇ ਸੰਘ ਦੇ ਅੰਦਰ ਢਾਲ ਬਣੀ ਜ਼ਬਾਨ ਵੱਜ ਵੱਜ ਯਕਦਮ ਬੋਲਦਾ ਬੰਦਾ ਚੁੱਪ ਹੋਇਆ ਤੇ ਅੰਦਰ ਮਾਦਾ ਮਿੱਠਾ ਕਿਦਾਂ ਬੋਲਣ ਲੱਗਾ ਕੁਛ ਕੇ ਉਹ ਤੂੰ ਕਿੱਧਰ ਤੇ ਇੱਕਦਮ ਚੁੱਪ ਕਰਕੇ ਤੇ ਤੂੰ ਕਿੱਧਰ ਲਫ਼ਜ਼ ਜਿਹੜਾ ਨਾ ਉਹ ਬਾਹਰ ਆਪਣੇ ਬੋਲਣ ਨੂੰ ਫੜ ਕੇ ਲੱਭਿਆ ਵਾਪਸ ਆ ਗਿਆ ਦਵਾ ਦਾ ਆਵਾਜ਼ ਇੰਨਾ ਘੱਟ ਬੋਲਦਾ ਲਫ਼ਜ਼ ਅੰਦਰ ਉਹਦੀ ਆ ਕੇ ਨਾ ਬੋਲ ਚੁੱਕ ਕੇ ਬਾਹਰ ਦੇਖ ਕੇ ਲਓ ਜੀ ਅੱਜ ਬਾਹਰ ਕੱਟੀ ਹੋ ਗਈ ਪਹਿਲੀ ਤਾਂ ਬੋਲਿਆ ਕਿਤੇ ਪਿਛਲੀ ਤੂੰ ਵੈਸੇ ਹੀ ਬੈਠਾ ਸੱਚੀ ਅੱਜ ਤਬੀਅਤ ਨੀ ਸਹੀ ਔਰ ਤੂੰ ਚੰਗਾ ਵਾ ਉਹ ਮਾਮਾ ਤੇਰੀ ਤਨਖਾਹ 25-30 ਹਜ਼ਾਰ ਆ 60-70 ਹਜ਼ਾਰ ਦੀ ਉਹਨਾਂ ਕੋਲ ਮੈਡੀਸਨ ਹੀ ਲਈ ਜਾਣ ਡਿਆ ਵੀ ਡੇਲੀ ਬਿਮਾਰ ਹੁੰਦਾ ਕਿਤੇ ਹੁਣ ਗੰਗਾ ਦੇਵੀ ਹਸਪਤਾਲ ਪਾਇਆ ਵਾ ਪ੍ਰੋਡਕਸ਼ਨ ਬੰਦ ਕਰ ਦੇਣਾ ਉਹ ਡੇਲੀ ਆ ਕੇ ਤਬੀਅਤ ਬਹੁਤ ਖਰਾਬ ਆ ਦੇਖਿਆ ਕਿਉਂ ਨਾਜ਼ਰੀਨ ਹਾਂਜੀ ਗੌਰ ਕੀਤਾ ਇੱਧਰ ਇੱਧਰ ਕੈਸਾ ਭਖਦਾ ਵਾ ਵੀ ਸਾਰੇ ਬਿਮਾਰ ਹੁੰਦੇ ਆ ਇਹ ਉਹਨਾਂ ਨੂੰ ਹੁਣ ਇਹਨੇ ਫਰਕ ਕਰ ਦੇਣਾ ਹੁਣ ਇਹਨੇ ਕਹਿਣਾ ਕਿ ਮੈਂ ਸਾਰਿਆਂ ਨਾਲ ਇਦਾਂ ਹੀ ਕਰ ਰਿਹਾ ਜਾਣਦੇ ਮਿੱਠੇ ਮੈਂ ਸਿਰਫ ਉਸਤਾਦ ਜੀ ਦਾ ਹਜ਼ਾ ਕਰਨ ਨਹੀਂ ਤੇ ਮੈਂ ਤੈਨੂੰ ਬੋਲਣ ਵੀ ਨਾ ਦਵਾਂ ਮਰੇ ਜੈਸ ਲਾਗਰ ਦੀ ਤੂੰ ਰਹਿਣਾ ਵਾ ਉੱਥੇ ਤਾਂ ਮੈਂ ਕਿਸੇ ਬੰਦੇ ਨਾਲ ਸਲਾਮ ਵੀ ਨਾ ਲਵਾਂ ਗੱਲਾਂ ਕਰਦਾ ਵਾ ਹਾਏ ਹਾਏ ਤੇਰੇ ਤਾਂ ਤਜੀਬਰ ਦੁਕਾਨ ਕੱਲ ਉਤਰਿਆ ਹਨਾ ਉਸ ਇਲਾਕੇ 'ਚ ਰਹਿਣ ਡੇ ਉਹ ਤਾਂ ਰਿਹਾਇਸ਼ ਇੱਥੇ ਕਰਦੇ ਆ ਮੈਂ ਤੀਰ ਮੁਹੰਮਦ ਪਰਸੋਂ ਗਿਆ ਤੁਹਾਡੇ ਘਰੋਂ ਹਨਾ ਗੱਲ ਹੋਰ ਘਰ ਤੱਕ ਨਾ ਜਾ ਮੈਂ ਮਿਲਣਾ ਇਲਾਕੇ 'ਚੋਂ ਰਿਕਾਰਡਰ ਲਾਇਕ ਬੋਲ ਕੇ ਚੱਲ ਜਾਂਦਾ ਪਿੱਛੋਂ ਡਾਊਨਲੋਡ ਕਰਕੇ ਉਹਦੀ ਸਪੀਡ ਸਲੋ ਕਰਕੇ ਸੁਣਦੇ ਉਹ ਨੀ ਉਹ ਕਹਿ ਕੇ ਗਿਆ ਹੀ ਮੇਰੇ ਕੱਪੜੇ ਧੋ ਦੇਣਾ ਆਹੋ ਮੈਂ ਤੇਜ਼ ਬੋਲਦਾ ਤੂੰ ਸਲਾਮ ਲੈ ਕੇ ਵੀ ਤਿੰਨਾਂ ਦਿਨਾਂ 'ਚ ਲੈਣਾ ਹਨਾ ਹਾਂਜੀ ਇਹ ਜਾਣਦਾ ਨੀ ਮੈਨੂੰ ਗੱਲਾਂ ਕੀ ਤੁੱਕ ਬੰਦਾ ਉਹ ਤੁਹਾਡਾ ਗੱਲ ਹੈ ਤੁਸੀਂ ਇੱਥੇ ਦੀਆਂ ਉਹਨਾਂ ਗੱਲਾਂ ਇਹ ਤੇ ਇਹਦੇ ਪਰਸਨਲ ਅਟੈਕ ਕਰ ਰਹੇ ਤੁਸੀਂ ਗੁਰਬਤ ਦੇ ਪਹਿਰੇ ਆ ਹਾਂਜੀ ਗੁਰਬਤ ਵਾ ਕੁਛ ਸੁਬਹ ਤੇ ਕੁਛ ਦੁਪਹਿਰੇ ਆ ਦੁਕਾਨਦਾਰ ਨੂੰ ਕਹਿ ਦੋ ਭਾਜੀ 1 ਕਿਲੋ ਗੋਸ਼ਤ ਦੇਣਾ ਕਦੀ ਹੋਇਆ ਹੀ ਨੀ ਉਹ ਕਹਿੰਦਾ ਇਹ ਕੀ ਹੁੰਦਾ ਇਹ ਕਿਹੜਾ ਗੋਸ਼ਤ ਹੁੰਦਾ ਅਸੀਂ ਤਾਂ ਫੇਰ ਚਲੋ ਕੋਈ ਪੋਟਾ ਕਲੇਜੀਆਂ ਲੈਂਦੇ ਆ ਨਾ ਤੁਹਾਡੇ ਕਿਤੇ ਸਦਕਾ ਵੀ ਦੇਣਾ ਹੁੰਦਾ ਸਲਾਦ ਵਾਰ ਕੇ ਦਿੰਦੇ ਆ ਨੀ ਕਰਕੇ ਲਓ ਜੀ ਆਲੂ ਪਰੌਂਠਾ
ਉਹ ਨੈਣ ਨਕਸ਼ੀ ਨਹੀਂ ਹੈਗੀ ਉਸਤਾਦ ਜੀ, ਕਹਿੰਦਾ ਮੈਂ ਜੱਟ ਆ, ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਆਲੂ ਕੱਦੂ ਪੱਕੇ ਘਰ ਆ ਜੱਟ ਵਾ, ਆਲੂ ਕੱਦੂ ਇਹਨਾਂ ਦੀ ਡਿਸ਼ਾਂ ਹੀ ਹੋਰ ਜੀਆਂ ਵਾ, ਮਸਰਾਂ ਚ ਸਿਰੀ ਪਾਈ ਆ, ਉਹ ਕਿਹੜਾ ਕੰਮ ਵਾ ਯਾਰ, ਅੱਲਾ ਮਾਫ਼ੀ ਦੇਵੇ। ਅੱਛਾ ਨਾ ਸਿਰੀ ਪਾਈ ਕੈਸੀ, ਕਿੱਦਾਂ ਮਸਰਾਂ ਚ ਸਿਰੀ ਪਾਈ ਆ, ਕਹਿੰਦਾ ਮਸਰਾਂ ਚ ਸਿਰੀ ਪਾਈ, ਬਾਬਾ ਆਪਣੀ ਪਾਈ ਇਹਨੇ। ਉਸਤਾਦ ਜੀ ਇਹਨਾਂ ਦੇ ਘਰ ਦੇ ਖਾਣੇ ਤੁਸੀਂ ਖਾ ਕੇ ਦੇਖੋ, ਬੜੇ ਬੜੇ ਅਜੀਬ ਆ। ਮਸਰਾਂ ਚ ਸਿਰੀ ਕੌਣ ਨਹੀਂ ਬਣਦੀ ਆ, ਤੁਸੀਂ ਹੱਸੇ ਕਿ ਨਹੀਂ ਹੱਸੇ? ਜਸਵਿੰਦਰ ਭੱਲਾ ਬਣ ਜਾ, ਤੁਸੀਂ ਕਰੀ ਜਾ ਓਕੇ ਯਾਰ, ਵੀ ਉਹ ਬੱਚੇ ਸਾਰੇ ਬੈਠੇ ਆ, ਤੂੰ ਹੀ ਖੇਲਣਾ ਬਾਹਰ ਪਾਸੋਂ। ਯਾਰ ਉਦੋਂ ਤਾਂ ਤੇ ਬੋਲਣ ਹੀ ਨਹੀਂ ਦਿਆ, ਜੇ ਬੋਲਿਆ ਤੇ ਤੂੰ ਉਹਨੂੰ ਜੀਣ ਨਹੀਂ ਦੇ ਦਿਆ। ਉਹ ਬੰਟੂ ਨੇ ਕੀ ਕੀਤਾ ਵਾ, ਇਹਨੇ ਕੀਤਾ ਵਾ? ਉਹ ਯਾਰ ਉਹ ਤਾਂ ਮਾੜੀ ਜੀ ਉਹਨੇ ਗੱਲ ਕੀਤੀ, ਮਿੱਠੇ ਤੂੰ ਐਵੇਂ ਯਾਰ ਆ ਤੁਸੀਂ, ਮਿੱਠੇ ਸੁਣ ਲਾ, ਉਹਦੀ ਵੀ ਸੁਣ ਲਾ ਯਾਰ, ਕੀ ਤੁਸੀਂ ਸਾਈਕਲ ਵਾਲੇ ਚਿਮਟਾ ਰੋਟੀਆਂ ਪਕਾਉਣ ਆਇਆ ਤੇ ਗੱਲਾਂ ਕਰਨ ਦੇ? ਆਪਣਾ ਵੀ ਦੱਸ ਨਾ। ਹਾਂ ਆਪਣਾ, ਮੈਂ ਤੂੰ ਦੱਸੀ ਜਾ, ਤੂੰ ਬੈਠਾ ਨੀ, ਮੈਂ ਕਹਾਂ ਦੱਸਾਂ, ਮੈਂ ਤਾਂ ਬੋਲਦਾ ਹੀ ਬਹੁਤ ਆ, ਮੇਰੇ ਕੋਲ ਡੁੱਬ ਗਿਆ। ਇਹ ਦੱਸੋ ਬਤਾਉਂ ਵਾਲੇ ਪਰੋਂਠੇ ਕੌਣ ਖਾਂਦਾ? ਆ ਖਾਂਦਾ, ਇਹ ਖਾਂਦੇ ਤੇਰੇ ਦੋ ਕਾਮ ਵੀ ਯਾਦ ਹੋ ਵੀ ਤੂੰ ਦੋ ਕਾਮ ਦੱਸ। ਉਸਤਾਦ ਜੀ ਅੱਲਾ ਮਾਫ਼ੀ ਦੇਵੇ, ਇੰਨੇ ਮਾੜੇ ਆ, ਇੱਕ ਰਸ ਲੈ ਕੇ ਆਉਂਦੇ ਆ ਨਾਸ਼ਤੇ ਚ, ਪੂਰਾ ਟੱਬਰ ਖਾਂਦਾ ਚੂਰਾ ਕਰਕੇ। ਫੜੀ ਯਾਰ ਤੇਰੇ ਸਾਫ ਲੱਗ ਰਿਹਾ ਕਿ ਤੂੰ ਨਾ ਕੁਝ ਉਹਦੇ ਖਿੱਚ ਕੱਢ ਰਿਹਾ, ਕਾਮੇਡੀ ਨਹੀਂ ਕਰ ਰਿਹਾ। ਸਬਜ਼ੀ ਵਾਲੇ ਆਲੂ ਦਾ ਵੀ ਨੀ ਪਤਾ, ਇੱਕ ਬੰਦੇ ਕਸੂਰ ਵਾਲੇ ਕੇ ਆਲੂ ਪਏ, ਉਹਨੇ ਰੋਟੀ ਲਾਈ ਜਾਂਦੇ ਆ, ਉਹਨੇ ਛੋਰੇ ਵਾਲੇ ਕਹਿੰਦਾ ਸੁੱਕਾ ਖਾ ਕੇ ਮਰਨ ਡਿਆ। ਅੱਛਾ ਅਸੀਂ ਜਲੇਬੀ ਵੀ ਨੀ ਚਲਾਉਂਦੇ ਸਹੀ ਤਰ੍ਹਾਂ, ਤੂੰ ਤਾਂ ਰਾਕਟ ਰੱਖਿਆ ਹੈ ਨਾ, ਮੱਛਰ ਮਾਰਨ ਵਾਸਤੇ ਰੱਖਿਆ, ਭਾਲੂ ਲੱਗੇ ਘਰ ਜਾ ਕੇ ਖਾਪਾ ਦੀ, ਬਹੁਤ ਆ ਗਏ, ਬਹੁਤ ਆ ਗਏ, ਤਿੰਨ ਆ ਗਏ। ਆ ਸਟੇਸ਼ਨ ਵਾਲੇ ਚੈਨਲ ਕੋਲ ਖਲੋਤਾ ਦੁਆ ਕਰਨਾ ਸੀ ਯਾਰ, ਬੰਦ ਕਰ ਦੇ ਮਰੂੰਡਾ ਰੱਖ ਰਹੇ ਸਭ ਤੋਂ ਮਹਿੰਗੀ ਮੇਰੇ ਨਾਲ ਦੇ ਮੇਰੇ ਨਾਲ ਹੀ ਨੀ ਹੁੰਦੇ। ਅੱਲਾ ਮਾਫ਼ੀ ਦੇਵੇ, ਕਿਤੋਂ ਵੰਡੀ ਦਾ ਕਸ਼ਰ ਖਾ ਲਿਆ, ਘਰ ਜਾ ਕੇ ਕੜੀ ਚਕੇਲੇ ਕੱਟੀ ਜਾਵੇ, ਉਹ ਮਰੇ ਉਹ ਹੋਰ ਹੁੰਦਾ ਵਾ। ਬਿਲ ਦੀ ਆਖਰੀ ਡੇਟ, ਅੱਲਾ ਮਾਫ਼ੀ ਦੇਵੇ। ਉਸਤਾਦ ਜੀ ਇਹਨੂੰ ਡਾਕਟਰ ਨੇ ਦੱਸ ਦਿੱਤਾ ਕਿ ਤੂੰ ਜੂਸ ਪੀਣਾ ਵਾ, ਫਰੈਸ਼ ਫਲਾਂ ਦਾ ਜੂਸ ਪੀਣਾ ਵਾ, ਤੇ ਇੱਕ ਜਗ੍ਹਾ ਤੇ ਫੋਤ ਕੀ ਹੋਈ, ਕੁਲਾਂ ਵਾਲੇ ਖਤਮ ਵਾਲੇ ਦਿਨ ਉੱਥੇ ਆਪਣੀ ਜੂਸਰ ਲੈ ਕੇ ਚਲਾ ਗਿਆ, ਸਾਰੇ ਉੱਥੇ ਦਵਾ ਕਰ ਰਹੇ, ਅਕੇਲੇ ਛਲ ਛਲ ਵਿੱਚ ਸੁੱਟ ਰਹੇ, ਸੇਬ ਸੁੱਟ ਰਹੇ, ਸੇਬ ਕੱਟ ਕੱਟ ਵਿੱਚ ਸੁੱਟ ਰਹੇ ਆ, ਸਾਰੇ ਸਾਰੇ ਉੱਦਾਂ ਖਾ ਰਹੇ ਤੇ ਇਕੱਲਾ ਪੀ ਕਹਿ ਰਿਹਾ, ਬਹੁਤ ਦੁੱਖ ਹੋਇਆ ਭਾਈ। ਉਹ ਬੇਚਾਰੇ ਰੋਣ ਪਿੱਟਣ ਦੇ ਨੇ ਆਪਣੀ ਚਲਾਈ ਅੱਗੇ।
ਕਸਮ ਦੇ ਕੇ ਪੁੱਛ ਲਓ ਸ਼ਜ਼ਾਨ ਦਾ ਟੇਸਟ ਦੱਸ ਦੇ ਕਿਦਾਂ ਦਾ ਹੁੰਦਾ ਸ਼ਜ਼ਾਨ ਦਾ ਦੱਸ ਦੇਵੇ ਮੈਂ ਛਿੱਤਰ ਖਾਣ ਨੂੰ ਤਿਆਰ ਹਾਂ ਜੀ ਏਡੇ ਮਾੜੇ ਆ ਬੇਚਾਰੇ ਗੁਰਬਤ ਨੋ ਕੰਟਰੀ ਹੈ ਨੀ ਘਰ ਕੰਧ ਦੇ ਨਾਲ ਐ ਕਰ ਰਹੇ ਹੁੰਦੇ ਆਪਣਾ ਖਿਆਲ ਰੱਖੋ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਤੇ ਸ਼ੋ ਅੱਜ ਥਕਾਵਟ ਬਹੁਤ ਸੀ ਮੈਂ ਤੁਹਾਨੂੰ ਸਹੀ ਦੱਸਾਂ ਦਿਮਾਗ ਬਿਲਕੁਲ ਕੰਮ ਨਹੀਂ ਸੀ ਕਰ ਸੱਚੀ ਗੱਲ ਉਹਦੇ ਲਈ ਮਾਦਰ ਭਾਜੀ ਲੇਕਿਨ ਤੁਸੀਂ ਫਿਰ ਤੁਹਾਨੂੰ ਪਤਾ ਫਿਰ ਉਹੀ ਗੱਲ ਕਿ ਵੀ ਬੈਠਕ ਆ ਸੱਜਣਾ ਦੀ ਹਾਂਜੀ ਠੀਕ ਹੈ ਨਾ ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਲਵ ਯੂ ਅੱਲਾ ਅੱਲਾ ਹਾਫਿਜ਼।